ਜਿੰਨੇ ਵੀ ਤਮਾਮ ਪੰਜਾਬੀ ਇਸ ਵਕਤ ਜੁੜੇ ਨੇ ਸਾਨੂੰ ਦੇਖ ਰਹੇ ਨੇ ਤਮਾਮ ਦੁਨੀਆਂ ਤੇ USA ਕੈਨੇਡਾ UK ਇੰਡੀਆ ਪਾਕਿਸਤਾਨ ਪੂਰੀ ਦੁਨੀਆਂ ਦੇਖ ਰਹੀ ਹੈ ਇਸ ਵਕਤ ਮੇਰੇ ਨਾਲ ਅੱਜ ਦੇ ਖਾਸ ਮਹਿਮਾਨ ਡਾਕਟਰ ਰਵਿੰਦਰ ਸਿੰਘ ਚਮਕ ਜੋ ਆਰਟਿਸਟ ਨੇ ਸ਼ਾਇਰ ਨੇ ਤੇ ਆਨਰੇਰੀ ਸੈਕਟਰੀ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੰਮ੍ਰਿਤਸਰ ਦੇ ਰਹੇ ਸੋ ਸਾਡੇ ਨਾਲ ਜੁਆਇਨ ਹੋਇਆ ਡਾਕਟਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਮੁਲਾਕਾਤ ਚ ਸਤਿ ਸ੍ਰੀ ਅਕਾਲ ਜੀ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਪਲੇਟਫਾਰਮ ਤੇ ਅੱਜ ਤੁਹਾਡੇ ਰੂਬਰੂ ਹੋ ਕੇ ਪੂਰੀ ਦੁਨੀਆ ਦੇ ਨਾਲ ਗੱਲ ਕਰਨ ਦਾ ਇੱਕ ਮੌਕਾ ਮਿਲ ਰਿਹਾ ਔਰ ਸਪੈਸ਼ਲ ਥੈਂਕਸ ਐਂਡ ਫੀਲਿੰਗਸ ਆਫ ਗ੍ਰੈਟੀਟਿਊਡ ਟੂ ਅਰੀਜ਼ਾ ਜ਼ਾਹਿਦ ਜੋ ਇੱਕ ਬਹੁਤ ਹੀ ਰੱਬ ਦੀ ਭਿੱਜੀ ਰੂਹ ਇਸ ਧਰਤੀ ਤੇ ਸਾਡੇ ਕੋਲ ਹੈ ਔਰ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਨੂੰ ਸੁਣ ਸਕਦੇ ਹਾਂ ਉਸ ਨੂੰ ਵੇਖ ਸਕਦੇ ਹਾਂ ਉਸ ਨਾਲ ਗੱਲ ਕਰ ਸਕਦੇ ਹਾਂ ਵਾਹ ਜੀ ਵਾਹ ਬੜੇ ਸ਼ੁਕਰਗੁਜ਼ਾਰ ਹਾਂ ਸੋ ਡਾਕਟਰ ਸਾਹਿਬ ਗੱਲਾਂ ਬਾਤਾਂ ਕਰੀਏ ਕਿ ਤੁਹਾਡਾ ਨਿੱਜੀ ਤੌਰ ਤੇ ਆਰਟਿਸਟ ਵੀ ਹੋ ਤੁਸੀਂ ਪੋਇਟ ਵੀ ਹੋ ਤੁਸੀਂ ਰਾਈਟਰ ਵੀ ਹੋ ਤੁਸੀਂ ਇੰਡੀਅਨ ਅਕੈਡਮੀ ਫਾਈਨ ਆਰਟਸ ਦੇ ਆਨਰੇਰੀ ਸੈਕਟਰੀ ਵੀ ਹੋ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ ਪਹਿਲਾਂ ਤੇ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਤਰਮੀਮ ਕਰਨ ਦੀ ਗੁਸਤਾਖੀ ਕਰਾਂਗਾ ਨਾ ਕਿ ਮੈਂ ਰਾਈਟਰ ਹਾਂ ਨਾ ਮੈਂ ਪੋਇਟ ਹਾਂ ਨਾ ਮੈਂ ਆਰਟਿਸਟ ਹਾਂ ਮੈਂ ਤੇ ਉਸ ਵਿਅਕਤੀ ਦੀ ਜ਼ਾਤ ਦਾ ਇੱਕ ਨਿਮਾਣਾ ਜਿਹਾ ਬਸ ਉਹਦੀ ਖਾਕ ਦਾ ਇੱਕ ਜ਼ਰਾ ਵਾ ਇਹ ਸਭ ਤੁਹਾਡੀ ਮੈਂ ਸਮਝਦਾ ਕਿ ਪੂਰੀ ਦੁਨੀਆਂ ਦੀ ਇੱਕ ਬਹੁਤ ਵੱਡੀ ਬਲੈਸਿੰਗ ਹੈ ਉਸ ਕਾਇਨਾਤ ਦੀ ਬਹੁਤ ਵੱਡੀ ਬਲੈਸਿੰਗ ਹੈ ਕਿ ਉਹ ਇਸ ਕਾਬਲ ਬਣਾ ਦਿੰਦੀ ਹੈ ਮੈਂ ਅਕਸਰ ਕਹਿਣਾ ਕਿ ਅਕਸਰ ਮੁਝੇ ਤੁਹਾਰੇ ਨਾਮ ਸੇ ਜਾਣ ਲੇਤੇ ਹੈ ਮੈਂ ਵੋ ਕੋਈ ਹੋਈ ਚੀਜ਼ ਹੂੰ ਜਿਸਕਾ ਪਤਾ ਤੁਮ ਹੋ ਸੋ ਜੇ ਤੁਹਾਨੂੰ ਇਸ ਰੂਪ ਦੇ ਵਿੱਚੋਂ ਕਿਤੇ ਆਰਟਿਸਟ ਨਜ਼ਰ ਆਉਂਦਾ ਤੇ ਉਹ ਆਰਟਿਸਟ ਮੈਂ ਨਹੀਂ ਉਹ ਆਰਟਿਸਟ ਵੀ ਉਸ ਰੱਬ ਦੀ ਜ਼ਾਤ ਹੈ ਜੇ ਕੋਈ ਲਿਖਿਆ ਗਿਆ ਤੇ ਉਹ ਵੀ ਮੈਂ ਲਿਖਣ ਵਾਲਾ ਨਹੀਂ ਤਹਿਰੀਰ ਮੇਰੇ ਮਹਿਜ਼ ਹੱਥਾਂ ਦਾ ਇਸਤੇਮਾਲ ਹੁੰਦਾ ਹੈ ਕਿਤੇ ਬਾਕੀ ਉਹ ਹੈ ਸਭ ਉਸ ਕਾਦਰ ਦਾ ਉਸ ਕੁਦਰਤ ਦਾ ਉਸ ਕਾਇਨਾਤ ਦੇ ਵਲੀ ਦਾ ਸਫ਼ਰ ਇਸ ਤਰ੍ਹਾਂ ਹੈ ਕਿ ਜ਼ਿੰਦਗੀ ਜਦੋਂ ਭੁਲੇਖੇ ਪਾ ਕੇ ਤੁਹਾਨੂੰ ਇਸ ਧਰਤੀ ਤੇ ਲਿਆਉਂਦੀ ਹੈ ਤੇ ਸਭ ਤੋਂ ਪਹਿਲੀ ਜਿਹੜੀ ਮਾਂ ਦੀ ਹੱਥ ਦੀ ਗੁੜਤੀ ਹੈ ਨਾ ਮੈਂ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਜੇ ਕੋਈ ਰੱਬ ਤੋਂ ਵੱਧ ਗਏ ਹੈ ਰੱਬ ਵਾਂਗੂ ਕੋਈ ਹੈ ਤੇ ਉਹ ਮਾਂ ਹੈ ਤੇ ਮਾਂ ਦੇ ਹੱਥ ਦੀ ਗੁੜਤੀ ਤੇ ਮਾਂ ਦੀ ਗੋਦੀ ਦਾ ਪਿਆਰ ਸ਼ਾਇਦ ਜਦੋਂ ਤੁਸੀਂ ਮਾਂ ਦੀ ਗੋਦੀ ਦੇ ਵਿੱਚ ਕਿਲਕਾਰੀਆਂ ਮਾਰਦੇ ਹੋ ਜਾਂ ਤੁਸੀਂ ਕਿਸੇ ਵਕਤ ਰੋਂਦੇ ਵੀ ਹੋ ਤੇ ਮਾਂ ਦੇ ਹੱਥ ਦਾ ਥਾਪੜਾ ਕਿਤੇ ਨਾ ਕਿਤੇ ਤੁਹਾਨੂੰ ਜ਼ਿੰਦਗੀ ਜੀਣ ਦੀ ਜਾਚ ਸਿਖਾ ਰਿਹਾ ਹੁੰਦਾ ਹੈ ਤੇ ਜੇ ਜੋ ਕੁਝ ਵੀ ਤੁਹਾਡੇ ਕੋਲੋਂ ਝਲਕ ਰਿਹਾ ਜਾਂ ਤੁਹਾਨੂੰ ਮੇਰੇ ਕੋਲੋਂ ਕੋਈ ਝਲਕਦਾ ਨਜ਼ਰ ਆ ਰਿਹਾ ਤੇ ਮੈਂ ਸਮਝਦਾ ਕਿ ਇਹ ਉਸ ਸੋਭਤ ਦਾ ਉਸ ਰਹਿਨੁਮਾਈ ਦਾ ਉਸ ਅਸੀਸ ਦਾ ਸਦਕਾ ਹੈ ਸੋ ਜਿਉਂ ਜਿਉਂ ਗੱਲ ਵਧਦੀ ਗਈ ਜਿਉਂ ਜਿਉਂ ਜ਼ਿੰਦਗੀ ਅੱਗੇ ਵਧਦੀ ਗਈ ਤਿਉਂ ਤਿਉਂ ਜਿਸ ਤਰ੍ਹਾਂ ਸਕੂਲ ਦੀਆਂ ਕਿਤਾਬਾਂ ਪੜ੍ਹਾਈ ਦੀਆਂ ਕਿਤਾਬਾਂ ਤੁਹਾਨੂੰ ਰੋਸ਼ਨਾਈ ਦਿੰਦੀਆਂ ਨੇ ਇਸ ਤਰ੍ਹਾਂ ਤੁਹਾਡੇ ਸਾਰਿਆਂ ਦਾ ਜਿਹੜਾ ਪਾਠ ਹੈ ਉਹ ਜ਼ਿੰਦਗੀ ਨੂੰ ਰੋਸ਼ਨ ਕਰਦਾ ਰਿਹਾ ਤੇ ਜ਼ਿੰਦਗੀ ਆਪ ਆਪਣਾ ਰਸਤਾ ਲੈਂਦੀ ਗਈ ਵਾਹ ਰੇ ਵਾਹ ਕਿਆ ਬਾਤ ਹੈ ਬੜੀ ਸ਼ੁਰੂਆਤ ਬੜੀ ਕਮਾਲ ਦੀ ਹੋਈ ਹੈ ਤੁਹਾਡੀ ਕਿਉਂਕਿ ਗੱਲਾਂ ਚੱਲ ਰਹੀਆਂ ਹੈ ਕਿਉਂਕਿ ਐਵਰੀਡੇ ਕਲਚਰ ਦੇ ਦੇਖੀਏ ਤਮਾਮ ਦੁਨੀਆਂ ਦੇ ਵਿੱਚ ਜਿੰਨੇ ਵੀ ਪੰਜਾਬੀ ਬੈਠੇ ਆ ਜਿੱਥੇ ਜਿੱਥੇ ਜਾਂਦੇ ਆ ਪੰਜਾਬੀਅਤ ਉਹਨਾਂ ਦੇ ਨਾਲ ਹੀ ਜਾਂਦੀ ਹੈ ਪੰਜਾਬੀਅਤ ਜਿਹੜਾ ਕਲਚਰ ਆ ਜਿਹੜੇ ਰੂਟਸ ਆ ਸਾਡੇ ਭਾਵੇਂ ਅਸੀਂ ਦੇਸ਼ਾਂ ਦੇ ਵਿੱਚ ਰਹੀਏ ਜਾਂ ਵਿਦੇਸ਼ਾਂ ਵਿੱਚ ਰਹੀਏ ਪੰਜਾਬੀਅਤ ਜ਼ਿੰਦਾ ਹਮੇਸ਼ਾ ਰਹਿਣੀ ਹੈ ਤੇ ਅਗਰ ਗੱਲ ਕਰੀਏ ਫਾਈਨ ਆਰਟਸ ਦੀ ਕਿਉਂਕਿ ਅਕਸਰ ਕਈ ਆਰਟਿਸਟਾਂ ਨਾਲ ਗੱਲ ਹੁੰਦੀ ਹੈ ਪ੍ਰੋਡਿਊਸਰਾਂ ਨਾਲ ਗੱਲ ਹੁੰਦੀ ਹੈ ਫਾਈਨ ਆਰਟਸ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਜੋ ਸੱਭਿਆਚਾਰ ਆ ਸਾਡਾ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਫਾਈਨ ਆਰਟਸ ਦਾ ਤੁਹਾਨੂੰ ਕਿਸ ਤਰ੍ਹਾਂ ਇੰਟਰਸਟ ਪਿਆ ਕਿ ਸਕੂਲ ਦੇ ਟਾਈਮ ਤੋਂ ਇਹ ਚੱਲਦਾ ਆ ਰਿਹਾ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਵੀ ਜਾਣਕਾਰੀ ਦਿਓ
ਇਸ ਤਰ੍ਹਾਂ ਕਿ ਹਰ ਇਨਸਾਨ ਦੇ ਅੰਦਰ ਰੂਹ ਦਾ ਇੱਕ ਕਨੈਕਟ ਹੁੰਦਾ ਹੈ। ਬੇਸ਼ਤਰ ਲੋਕ ਸ਼ਾਇਦ ਉਸ ਕਨੈਕਟ ਨੂੰ ਆਪਣੀ ਸਾਰੀ ਤਮਾਮ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਦੋ ਚਾਰ ਨਹੀਂ ਹੋ ਪਾਉਂਦੇ ਬੇਸ਼ਤਰ ਲੋਕ, ਲੇਕਿਨ ਕੁਝ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਹ ਮੌਕਾ ਮਿਲ ਜਾਂਦਾ ਹੈ ਇਸ ਆਪਣੀ ਧਰਤੀ ਤੇ ਆਪਣੀ ਜ਼ਿੰਦਗੀ ਹਯਾਤੀ ਦੇ ਵਿੱਚ ਤੁਹਾਨੂੰ ਉਸ ਪੱਖ ਦੇ ਨਾਲ ਜੁੜਨ ਦਾ। ਤੇ ਸ਼ਾਇਦ ਮੈਂ ਬਿਲਕੁਲ ਖੁਸ਼ਕਿਸਮਤ ਕਿ ਮੇਰੇ ਟੀਚਰਸ ਨੇ ਸਭ ਤੋਂ ਪਹਿਲਾਂ ਮੈਨੂੰ ਮੇਰੇ ਹੁਨਰ ਨੂੰ ਕਿਤੇ ਪਛਾਣਿਆ, ਤੇ ਮੈਨੂੰ ਮੈਂ ਯਾਦ ਹੈ ਕਿ ਮੈਂ 9ਵੀਂ ਦੇ ਵਿੱਚ ਸੀ ਜਦੋਂ ਮੈਨੂੰ ਪਹਿਲੀ ਵਾਰ ਉਹਨਾਂ ਨੇ ਡਿਸਟ੍ਰਿਕਟ ਲੈਵਲ ਦੇ ਇੱਕ ਪੇਂਟਿੰਗ ਕੰਪੀਟੀਸ਼ਨ ਦੇ ਵਿੱਚ ਮੈਨੂੰ ਸਕੂਲ ਨੂੰ ਰਿਪ੍ਰੈਜ਼ੈਂਟ ਕਰਨ ਵਾਸਤੇ ਭੇਜਿਆ, ਤੇ ਸ਼ਾਇਦ ਉਹ ਟੀਚਰ ਸੀ ਜਿਹਨੇ ਇਹ ਦੇਖਿਆ। ਉਸ ਤੋਂ ਬਾਅਦ ਫਿਰ ਇੱਕ ਜਰਨੀ ਸੀ ਜਿਸ ਨਾਲ ਮੈਂ ਜਿਹੜੀ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੀ ਇਸ ਵੇਲੇ ਸੇਵਾ ਮੇਰੇ ਕੋਲ ਹੈ 2007 ਤੋਂ, ਮੈਂ 86 ਦੇ ਐਜ਼ ਅ ਸਟੂਡੈਂਟ ਜੁਆਇਨ ਕੀਤਾ ਸੀ ਵੈਨ ਆਈ ਵਾਸ ਮਾਈ ਡੂਇੰਗ ਮਾਈ ਗ੍ਰੈਜੂਏਸ਼ਨ, ਤੇ ਉਦੋਂ ਬਸ ਫਿਰ ਇੰਟਰਸਟ ਡਿਵੈਲਪ ਹੁੰਦਾ ਗਿਆ ਤੇ ਫਿਰ ਕੁਦਰਤ ਬਾਹਾਂ ਫੜ ਕੇ ਅੱਗੇ ਤੁਹਾਨੂੰ ਲੈ ਕੇ ਜਾਂਦੀ ਰਹੀ। ਇੰਡੀਅਨ ਅਕੈਡਮੀ ਆਫ ਫਾਈਨ ਆਰਟਸ 1928 ਦੀ ਇਹ ਸਾਡੀ ਸੰਸਥਾ ਹੈ ਔਰ ਇਹ ਅਟੋਨਮਸ ਬੋਡੀ ਹੈ, ਇਹ ਗਵਰਨਮੈਂਟ ਦੀ ਨਹੀਂ ਹੈ, ਪ੍ਰਾਈਵੇਟ ਨਹੀਂ ਹੈ, ਇੱਕ ਅਟੋਨਮਸ ਬੋਡੀ ਹੈ। ਔਰ 1928 ਵਿੱਚ ਬੜੇ ਖੂਬਸੂਰਤ ਜਿਹੜੇ ਚਿੱਤਰਕਾਰ ਸਨ, ਚਿੱਤਰਕਾਰ ਸ਼ੋਭਾ ਸਿੰਘ, ਮਾਸਟਰ ਗੁਰਦਿੱਤ ਸਿੰਘ, ਜੀ ਐਸ ਸੋਹਨ ਸਿੰਘ, ਜਿਹਨਾਂ ਦੀ ਨਕਾਸ਼ੀ ਦਾ ਕੰਮ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਹੈ, ਗਿਆਨੀ ਗਿਆਨ ਸਿੰਘ ਉਸ ਫੈਮਲੀ ਦੇ ਵਿੱਚ, ਔਰ ਜੀ ਠਾਕੁਰ ਸਿੰਘ ਜਿਹਨਾਂ ਨੇ ਇਸ ਸੁਪਨੇ ਨੂੰ ਲਿਆ ਤੇ ਉਹਨੂੰ ਸੰਜੋ ਕੇ ਤੇ ਪੂਰੇ ਬਰੇ ਸਗੀਰ ਪੂਰਾ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ ਇਹ ਈਰਾਨ ਨੂੰ ਜਾ ਕੇ ਉਦੋਂ ਟੱਚ ਕਰਦਾ ਸੀ ਇਹ ਆਰਟ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ, ਔਰ ਬਹੁਤ ਵੱਡੀ ਕੰਟਰੀਬਿਊਸ਼ਨ ਇਹਦੀ ਰਹੀ ਇੰਡੀਅਨ ਫਰੀਡਮ ਮੂਵਮੈਂਟ ਦੇ ਵਿੱਚ ਵੀ। ਪੋਇਟਸ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ, ਜਿੱਥੇ ਫਾਰਮਰਸ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ, ਇੱਥੇ ਆਰਟਿਸਟਾਂ ਨੇ ਵੀ ਆਪਣੇ ਫਨ ਦੇ ਨਾਲ, ਆਪਣੇ ਪੇਂਟਿੰਗਸ ਦੇ ਨਾਲ, ਆਪਣੇ ਆਰਟ ਕ੍ਰੀਏਸ਼ਨਸ ਦੇ ਨਾਲ ਲੋਕਾਂ ਨੂੰ ਇਹਦੇ ਨਾਲ ਜੋੜਿਆ। ਸੋ ਇਸ ਅਕੈਡਮੀ ਹੁਣ ਤਕਰੀਬਨ 8 ਸਾਲ ਬਾਅਦ ਆਪਣੇ 100 ਸਾਲ ਦਾ ਇੱਕ ਸਫ਼ਰ ਤੈਅ ਕਰ ਲਏਗੀ, ਔਰ ਅਸੀਂ ਪਿਛਲੇ ਲੰਬੇ ਸਮੇਂ ਤੋਂ 1932 ਤੋਂ ਲੈ ਕੇ ਹੁਣ ਤੱਕ ਸਿਰਫ 2 ਸਾਲ ਨੇ, ਇੱਕ 1947 ਜਦੋਂ ਭਾਰਤ ਵੰਡਿਆ ਗਿਆ ਤੇ ਇੱਕ ਪਿਛਲਾ ਸਾਲ 2020 ਜਿਹੜਾ ਕੋਵਿਡ ਕਰਕੇ ਸਾਰੀਆਂ ਐਕਟੀਵਿਟੀਜ਼ ਰੁਕੀਆਂ, ਇਸ ਨਹੀਂ ਕਰ ਸਕੇ, ਬਟ ਅਦਰਵਾਈਜ਼ ਸਾਡੇ ਕੋਲ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਔਰ ਆਟੋਨਮਸ ਹੋਣ ਦੇ ਨਾਲ ਨਾਲ ਅਸੀਂ ਆਪਣੇ ਸੋਰਸਿਸ ਨੂੰ ਜਨਰੇਟ ਕਰਕੇ ਔਰ ਆਰਟ ਨੂੰ ਪ੍ਰਫੁੱਲਿਤ ਕਰਨ ਵਿੱਚ ਪੈਨ ਇੰਡੀਆ ਕੰਮ ਕਰਦੇ ਹਾਂ ਅਸੀਂ ਇਹਦੇ ਵਾਸਤੇ। ਵਾਹ ਜੀ ਵਾਹ, ਕਿਆ ਬਾਤ ਹੈ, ਕਿਉਂਕਿ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਇੰਨੀ ਸਾਰੀ ਡਿਜੀਟਲ ਟੈਕਨੋਲੋਜੀ ਹੋ ਗਈ ਹੈ, ਜੈਨਰੇਸ਼ਨ ਬਦਲ ਗਈ ਹੈ, ਜੈਨਰੇਸ਼ਨ ਦਾ ਇੱਕ ਨਜ਼ਰੀਆ ਵੀ ਬਦਲ ਗਿਆ ਟਾਈਮ ਟੂ ਟਾਈਮ, ਬੜੀ ਖੁਸ਼ੀ ਦੀ ਗੱਲ ਹੈ ਕਿ ਫਾਈਨ ਆਰਟਸ ਦਾ ਅਜੇ ਵੀ ਕਿਆ ਜੋਨਰ ਹੈ ਜੋ ਇੱਕ 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 ਸਬਜੈਕਟ ਅਜੇ ਵੀ ਜ਼ਿੰਦਾ ਹੈ ਸਾਡੀ ਜੋ ਇੰਡਸਟਰੀ, ਜੋ ਪੰਜਾਬੀ ਕਲਚਰ ਦੀ ਗੱਲ ਕਰੀਏ ਜਾਂ ਜੋ ਵੀ ਹੈ, ਬੜੀ ਖੁਸ਼ੀ ਦੀ ਗੱਲ ਹੈ ਕਿ ਫਾਈਨ ਆਰਟਸ ਅਜੇ ਵੀ ਜ਼ਿੰਦਾ ਹੈ ਇਸ ਵਕਤ ਜੀ। ਸੋ ਡਾਕਟਰ ਸਾਹਿਬ ਜੀ, ਤੁਸੀਂ ਜ਼ਿਕਰ ਕੀਤਾ ਕਈ ਆਰਟਿਸਟਾਂ ਦੇ ਨਾਂ ਲਏ ਹੈ, ਇੱਕ ਆਰਟਿਸਟ ਮੈਂ ਜ਼ਰੂਰ ਮੈਂ ਜ਼ਿਕਰ ਕਰਨਾ ਚਾਹਾਂਗਾ ਜੋ ਹਰੇਕ ਪੰਜਾਬੀ, ਹਰੇਕ ਵਿਅਕਤੀ ਪੂਰੀ ਦੁਨੀਆਂ ਦੇ ਵਿੱਚ ਜਾਣਦੇ ਹੈ, ਸਰਦਾਰ ਸ਼ੋਭਾ ਸਿੰਘ, ਬੜੇ ਕਮਾਲ ਦੇ ਫਾਈਨ ਆਰਟਿਸਟ ਰਹਿ ਚੁੱਕੇ ਨੇ, ਹਰੇਕ ਪੰਜਾਬੀ ਸਿੱਖ ਪਰਿਵਾਰ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਪੇਂਟਿੰਗਾਂ ਹੁੰਦੀਆਂ ਨੇ, ਜਿਹਨਾਂ ਨੇ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਦੀਆਂ ਪੇਂਟਿੰਗਾਂ ਉਹਨਾਂ ਨੇ ਜੋ ਬਣਾਈਆਂ ਹਰੇਕ, ਕਿਉਂਕਿ ਮੇਰਾ ਵੀ ਬਚਪਨ ਇਸ ਤਰ੍ਹਾਂ ਸੀ ਕਿ 90s ਤੋਂ ਲੈ ਕੇ ਹੁਣ ਤੱਕ ਸਾਡੇ ਵੀ ਘਰ ਇੱਕ ਪੋਰਟਰੇਟ ਹੈ ਗੁਰੂ ਨਾਨਕ ਦੇਵ ਜੀ ਦੀ, ਜਿਹਨਾਂ ਨੇ ਉਹਨਾਂ ਨੇ ਇੱਕ ਸਿੱਲੀ ਟੋਪੀ ਪਹਿਨੀ ਹੈ, ਸਾਈਡ ਪੋਜ਼ ਹੈ, ਬੜੀ ਫੇਮਸ ਪੋਰਟਰੇਟ ਹੈ ਉਹਨਾਂ ਦੀ ਜੋ ਸਰਦਾਰ ਸ਼ੋਭਾ ਸਿੰਘ ਹੋਣਾ ਨੇ ਬਣਾਈ ਸੀ। ਅਕਸਰ ਕੀ ਹੁੰਦਾ ਹੈ ਡਾਕਟਰ ਸਾਹਿਬ ਕਿ ਟਾਈਮ ਟੂ ਟਾਈਮ ਜਿੱਦਾਂ ਹੁਣ ਮਾਡਰਨ ਆਰਟ ਵੀ ਆ ਗਿਆ, ਚੇਂਜ ਆ ਗਿਆ ਫਾਈਨ ਆਰਟਸ ਦੇ ਵਿੱਚ, ਇੱਕ ਡਿਫਰੈਂਟ ਸਟਾਈਲ ਆ ਗਿਆ ਜਿੱਥੇ ਇੱਕ ਪੋਰਟਰੇਟ ਬਣਦੀ ਹੁੰਦੀ ਸੀ, ਹੁਣ ਥੋੜਾ ਜਿਹਾ ਇੱਕ ਡਿਜੀਟਲ ਲੁੱਕ ਕੀਤਾ ਜਾਂਦਾ ਹੈ ਅੱਜ ਕੱਲ੍ਹ ਪੇਂਟਿੰਗਾਂ ਦੇ ਵਿੱਚ। ਸਾਡੇ ਹਿਸਾਬ ਨਾਲ ਜਦੋਂ ਸਿੱਖ ਹਿਸਟਰੀ ਦੀ ਗੱਲ ਚੱਲਦੀ ਹੈ, ਸਿੱਖ ਗੁਰੂਆਂ ਦੀ ਗੱਲ ਚੱਲਦੀ ਹੈ, ਤੁਹਾਨੂੰ ਲੱਗਦਾ ਹੈ ਕਿ ਜੇ ਮਾਡਰਨ ਆਰਟ ਜੇ ਕੀਤਾ ਜਾਵੇ ਉਹਨਾਂ ਦੀ ਪੋਰਟਰੇਟਸ ਨੂੰ, ਤੁਹਾਡੇ ਹਿਸਾਬ ਨਾਲ ਇਜ਼ ਇਟ ਰਿਸਪੈਕਟਫੁਲ ਵੇ ਟੂ ਡੂ ਦੈਟ ਔਰ ਇਜ਼ ਇਟ ਟੂ ਸਟਿਕ ਵਿਦ ਟ੍ਰੈਡੀਸ਼ਨਲ ਸਾਈਡ ਆਫ ਥਿੰਗਸ? ਇਸ ਗੱਲ ਨੂੰ ਤੁਸੀਂ ਕਿਸੇ ਇੱਕ ਪਰਟੀਕੁਲਰ ਪਰਸਪੈਕਟਿਵ ਦੇ ਨਾਲ ਨਹੀਂ ਲੈ ਸਕਦੇ। ਜਿਸ ਤਰ੍ਹਾਂ ਡਿਜੀਟਲ ਟੈਕਨੋਲੋਜੀ ਨੇ ਪੂਰੀ ਦੁਨੀਆਂ ਦੇ ਵਿੱਚ ਆਪਣੇ ਪੈਰ ਪਸਾਰੇ ਨੇ, ਉਹ ਡੈਫੀਨੇਟਲੀ ਉਹ ਆਰਟ ਦੀ ਉਸ ਬਨੰਗੀ ਉਸ ਕਿਸਮ ਦੇ ਵਿੱਚ ਵੀ ਉਹਦਾ ਆਪਣਾ ਇੱਕ ਅਹਿਮ ਰੋਲ ਹੈ।
ਨਾਓ ਸਾਡੇ ਵਾਸਤੇ ਇੱਕ ਬਹੁਤ ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਸੀਂ ਮੈਂ ਮਾਫੀ ਚਾਹੁੰਦਾ ਮੇਰੀ ਆਵਾਜ਼ ਇਸ ਵੇਲੇ ਪੂਰੇ ਜਗਤ 'ਚ ਜਾ ਰਹੀ ਹੈ ਤੇ ਬਜ਼ਾਇਤ ਗੱਲ ਕਿ ਪੂਰੀ ਦੁਨੀਆਂ ਦੇ ਸਿੱਖ ਵੀ ਇਸ ਫੋਰਮ ਨਾਲ ਜੁੜੇ ਨੇ ਔਰ ਸੁਣ ਰਹੇ ਨੇ ਸਿੱਖ ਧਰਮ ਦੀ ਜਿਹੜੀ ਵਿਸ਼ਾਲਤਾ ਉਹਦਾ ਦਾਇਰਾ ਇੰਨਾ ਛੋਟਾ ਕਰ ਦਿੱਤਾ ਕਿ ਸ਼ਾਇਦ ਜਿਹੜਾ ਤੁਹਾਡਾ ਇਹ ਕੁਐਸਚਨ ਹੈ ਇਹ ਵੀ ਉਸ ਦਾਇਰੇ ਨੂੰ ਕਿਤੇ ਨਾ ਕਿਤੇ ਰਿਫਲੈਕਟ ਕਰ ਰਿਹਾ ਸਿੱਖ ਧਰਮ ਦੀ ਫਿਲੋਸਫੀ ਇਹ ਹੈ ਹੀ ਨਹੀਂ ਸੀ ਅਸੀਂ ਇਹਨੂੰ ਇਹ ਇੱਕ ਇਮੈਜਿਨਰੀ ਕ੍ਰੀਏਸ਼ਨ ਸੋਭਾ ਸਿੰਘ ਦੀ ਚਿੱਤਰਕਾਰ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਲੈ ਕੇ ਜਾਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਲੈ ਕੇ ਹੈ ਤੇ ਮੇਰਾ ਖਿਆਲ ਤੁਸੀਂ ਉਸ ਸਰੂਪ ਤੋਂ ਬਾਹਰ ਕਿਸੇ ਹੋਰ ਸਰੂਪ ਦੇ ਵਿੱਚ ਗੁਰੂ ਨਾਨਕ ਨੂੰ ਐਬਜ਼ੋਰਬ ਹੀ ਨਹੀਂ ਕਰ ਪਾਉਂਦੇ ਉਹਨਾਂ ਦੇ ਸਰੂਪ ਜਦਕਿ ਜੇ ਤੁਸੀਂ ਫਰੈਸਕੋਜ਼ ਆਰਟ ਦੇ ਵਿੱਚ ਦੇਖੋ ਜਾਂ ਜਿਹੜਾ ਜਹਾਂਗੀਰ ਦੇ ਵੇਲੇ ਜਾਂ ਔਰੰਗਜ਼ੇਬ ਦੇ ਵੇਲੇ ਵੀ ਕੁਝ ਹਿੱਸਾ ਸਾਡੇ ਕੋਲ ਫਰੈਸਕੋਜ਼ ਦਾ ਗੁਰੂ ਨਾਨਕ ਸਾਹਿਬ ਦੀਆਂ ਚਿੱਤਰ ਕੰਧਾਂ ਦੇ ਉੱਤੇ ਜਿਹੜੇ ਕੰਧ ਚਿੱਤਰ ਨੇ ਉਹਨਾਂ ਦੇ ਉੱਤੇ ਸਾਡੇ ਕੋਲ ਮੌਜੂਦ ਹੈ ਉਹਦੇ 'ਚ ਇੰਟਾਇਰਲੀ ਡਿਫਰੈਂਟ ਹੈ ਸੋ ਜੇ ਉਸ ਤੋਂ ਨਿਕਲ ਕੇ ਅਸੀਂ ਪੇਂਟਿੰਗ ਵੱਲ ਆਏ ਜਿੱਥੇ ਚਿੱਤਰਕਾਰ ਸੋਭਾ ਸਿੰਘ ਨੇ ਇੱਕ ਇਮੈਜਿਨਰੀ ਕ੍ਰੀਏਸ਼ਨ ਦਿੱਤੀ ਔਰ ਪੂਰੇ ਸਿੱਖ ਜਗਤ ਦੇ ਵਿੱਚ ਉਹਦੀ ਇੱਕ ਇਮੈਜੀਨੇਸ਼ਨ ਨੂੰ ਅਸੀਂ ਗੁਰੂ ਨਾਨਕ ਸਾਹਿਬ ਦਾ ਸਰੂਪ ਮੰਨ ਲਿਆ ਤੇ ਡੈਫੀਨੇਟਲੀ ਜੇ ਅੱਜ ਡਿਜੀਟਲ ਟੈਕਨੋਲੋਜੀ ਦੇ ਨਾਲ ਜੇ ਅਸੀਂ ਉਹਨੂੰ ਅੱਗੇ ਵਧਾਵਾਂਗੇ ਬਟ ਨੈਚੁਰਲ ਹੈ ਕਿ ਅਸੀਂ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਅਬਜ਼ਰਵ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਸਾਡੀ ਪ੍ਰੋਬਲਮ ਕੀ ਆਉਂਦੀ ਸਾਡੀ ਬਦਕਿਸਮਤੀ ਕਿੱਥੇ ਹੈ ਕਿ ਅਸੀਂ ਸਿੱਖ ਧਰਮ ਨੂੰ ਇੱਕ ਚੁੱਕ ਇੱਕ ਲਾਈਨ ਦੇ ਫਰੇਮ ਦੇ ਵਿੱਚ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਜਦ ਗੁਰੂ ਨਾਨਕ ਦੀ ਤਜ਼ਫਫ ਤੋਂ ਸੀ ਗੁਰੂ ਨਾਨਕ ਦੀ ਜਿਹੜੀ ਫਿਲੋਸਫੀ ਉਹ ਸੂਫ ਤੋਂ ਸੀ ਉਸ ਰੱਬ ਤੋਂ ਸੀ ਉਸ ਤੋਂ ਸੀ ਉਹਦੀ ਉਹਦੀ ਕਿਸੇ ਵੀ ਜਗ੍ਹਾ ਦੇ ਉੱਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਤੱਕ ਤੇ ਫਿਰ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਜੇ ਵਿਸ਼ਾਲਤਾ ਦੇਖੀਏ ਉਹ ਇਸ ਤਰ੍ਹਾਂ ਪਾਣੀ ਵਾਂਗੂ ਕਿ ਪਾਣੀ ਵਿੱਚ ਸਾਰੇ ਰੰਗ ਸਮਾ ਜਾਂਦੇ ਨੇ ਤੇ ਪਾਣੀ ਦਾ ਆਪਣਾ ਰੰਗ ਕੋਈ ਨੀ ਸਿੱਖੀ ਦੇ ਵਿੱਚ ਸਾਰੇ ਰੰਗ ਸਮਾ ਜਾਂਦੇ ਨੇ ਤੇ ਸਿੱਖੀ ਦਾ ਆਪਣਾ ਉਹ ਜਿਹੜੇ ਰੰਗ 'ਚ ਜਾਂਦੀ ਫਿਰ ਸਿੱਖੀ ਉਸ ਤਰ੍ਹਾਂ ਦੀ ਬਣ ਜਾਂਦੀ ਸੋ ਡਿਜੀਟਲ ਟੈਕਨੋਲੋਜੀ ਡੈਫੀਨੇਟਲੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਤੋਂ ਕੋਈ ਗੁਰੇਜ਼ ਕਰ ਸਕਾਂਗੇ ਜਾਂ ਇਸ ਤੋਂ ਪਿੱਛੇ ਰਹਿ ਸਕਾਂਗੇ ਇਹਨੇ ਪੂਰੀ ਦੁਨੀਆਂ ਦੇ ਸਾਰੇ ਐਵੀਨਿਊਜ਼ ਨੂੰ ਓਵਰ ਪਾਵਰ ਕੀਤਾ ਤੇ ਡੈਫੀਨੇਟਲੀ ਆਰਟ ਵੀ ਉਹਦੀ ਇੱਕ ਕਿਸਮ ਹੈ ਔਰ ਬਹੁਤ ਸਾਰੀਆਂ ਨਵੀਆਂ ਟੈਕਨੀਕਸ ਡਿਵੈਲਪ ਹੋਈਆਂ ਨੇ ਜਿਹਦੇ ਵਿੱਚੋਂ ਤੁਸੀਂ ਜੇ ਸਿੱਖ ਗੁਰੂਆਂ ਦੀ ਇਮੇਜਿਸ ਨੂੰ ਛੱਡ ਕੇ ਗੱਲ ਕਰੀਏ ਤੇ ਸ਼ਾਇਦ ਸਿੱਖ ਵੀ ਸ਼ਾਇਦ ਪਹਿਲਾਂ ਕਦੀ ਵੀ ਡਿਪਿਕ ਨਹੀਂ ਸੀ ਕੀਤੀ ਜਾ ਸਕਦੀ ਉਹ ਹੁਣ ਡਿਜੀਟਲ ਮਾਧਿਅਮ ਦੇ ਨਾਲ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਹੋ ਰਹੀ ਹੈ ਪੋਰਟਰੇ ਹੋ ਰਹੀ ਹੈ ਬਿਲਕੁਲ ਬਿਲਕੁਲ ਬੇਸ਼ੱਕ ਕਿਉਂਕਿ ਕਈ ਆਰਟਿਸਟ ਨੇ ਜਿਹੜੇ ਯੰਗ ਆਰਟਿਸਟ ਹੁਣ ਆਏ ਆ ਜਿਹੜੇ ਡਿਜੀਟਲ ਡਿਜੀਟਲ ਆਰਟ ਚ ਕਾਫੀ ਪ੍ਰੋਫੈਸ਼ਨਲ ਨੇ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੇ ਉਹਨਾਂ ਨੇ ਕਾਫੀ ਪੇਂਟਿੰਗਾਂ ਨੂੰ ਇੱਕ ਡਿਫਰੈਂਟ ਰੰਗ ਦਿੱਤਾ ਹੈ ਜਿੱਦਾਂ ਇੱਕ ਟਾਈਮ ਸੀ ਜਦੋਂ ਕਈ ਆਰਟਿਸਟ ਹੁੰਦੇ ਸੀ ਕਿ ਜਿੱਥੇ ਪੋਰਟਰੇਟ ਹੁੰਦੇ ਸੀ ਪਰ ਉਹਦੇ ਨਾਲ ਨਾਲ ਇੱਕ ਲਾਈਫ ਦੀ ਜਰਨੀ ਦੀਆਂ ਤਸਵੀਰਾਂ ਵੀ ਹੁੰਦੀਆਂ ਸੀਗੀਆਂ ਕਿ ਜਿਹੜੇ ਉਹਨਾਂ ਨਾਲ ਜਿੱਦਾਂ ਕੱਲ ਮੈਂ ਇੱਕ ਆਰਟਿਸਟ ਉਹਨਾਂ ਦੀ ਇੱਕ ਪੇਂਟਿੰਗ ਦੇਖ ਰਿਹਾ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਸਰੂਪ ਬਣਾਇਆ ਸੀਗਾ ਪਰ ਉਹਦੇ ਉੱਤੇ ਸਿਤਾਰੇ ਬਣਾਏ ਹੋਏ ਸੀਗੇ ਕਾਫੀ ਉਹਨਾਂ ਦੇ ਆਲੇ ਦੁਆਲੇ ਜਿਹਦੇ ਵਿੱਚ ਉਹ ਸਿਤਾਰਿਆਂ ਦੇ ਵਿੱਚ ਕਈ ਉਹਨਾਂ ਦੇ ਲਾਈਫ ਦੀਆਂ ਜਰਨੀਆਂ ਦੀਆਂ ਪੇਂਟਿੰਗਾਂ ਸੀਗੀਆਂ ਉਹਦੇ ਵਿੱਚ ਸੋ ਉਹ ਵੀ ਇੱਕ ਟਾਈਮ ਸੀਗਾ ਇੱਕ ਹੋਰ ਸਟਾਈਲ ਸੀਗਾ ਪਰ ਅੱਜ ਦੀ ਵੀ ਕੁਛ ਪੇਂਟਿੰਗਾਂ ਮੈਂ ਦੇਖੀਆਂ ਜਿਹਦੇ ਵਿੱਚ ਇੰਕ ਯੂਜ਼ ਕੀਤੀ ਜਾਂਦੀ ਹੈ ਰਾਦਰ ਦੈਨ ਪੇਂਟ ਬਰੱਸ਼ ਸੋ ਉਹ ਵੀ ਇੱਕ ਹੋਰ ਇੱਕ ਸਟਾਈਲ ਹੋ ਗਿਆ ਜਿਹੜਾ ਅੱਜ ਦੀ ਜਨਰੇਸ਼ਨ ਕਾਫੀ ਪਸੰਦ ਕਰ ਰਹੀ ਹੈ ਸੋ ਡਾਕਟਰ ਸਾਹਿਬ ਜੀ ਜੇ ਤੁਸੀਂ ਗੱਲ ਕਰੋ ਹਾਂਜੀ ਦੱਸੋ ਦੱਸੋ ਕਰੋ ਕਰੋ ਦੱਸਿਆ ਸੀ ਕਿ ਪੇਂਟਿੰਗ ਦੇ ਬਹੁਤ ਸਾਰੇ ਮਾਧਿਅਮ ਬਹੁਤ ਸਾਰੇ ਮੀਡੀਅਮਸ ਹੁਣ ਸਾਡੇ ਕੋਲ ਆ ਗਏ ਨੇ ਪੇਂਟਿੰਗ ਨੂੰ ਐਕਸਪ੍ਰੈਸ ਕਰਨ ਉਹ ਚਾਹੇ ਰੇਜ਼ਨਸ ਦੇ ਵਿੱਚ ਹੈ ਚਾਹੇ ਉਹ ਪੀਓਪੀ ਦੇ ਵਿੱਚ ਹੈ ਚਾਹੇ ਉਹ ਐਕ੍ਰੈਲਿਕਸ ਦੇ ਵਿੱਚ ਹੈ ਚਾਹੇ ਉਹ ਵਾਟਰ ਕਲਰ ਦੇ ਵਿੱਚ ਹੈ ਚਾਹੇ ਉਹ ਆਇਲਸ ਦੇ ਵਿੱਚ ਹੈ ਸੋ ਹੁਣ ਮਲਟੀਮੀਡੀਆ ਜਿਹੜਾ ਹੈ ਮਿਕਸ ਮੀਡੀਆ ਇਸ ਵੇਲੇ ਇੰਨਾ ਜ਼ਿਆਦਾ ਪ੍ਰਚਲਿਤ ਹੈ ਜਿਹਦੇ ਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਮੀਡੀਅਮਸ ਨੇ ਅਸੀਂ ਇੱਕ ਜਗ੍ਹਾ ਤੇ ਉਹਨੂੰ ਯੂਜ਼ ਕਰਦੇ ਹਾਂ ਬਿਲਕੁਲ 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 ਕਿਉਂਕਿ ਦੇਖੋ ਜੀ ਕਈ ਜਿੱਦਾਂ ਹੁਣ ਫਾਈਨ ਆਰਟਸ ਦੇ ਵਿੱਚ ਕਈ ਜੋਨਰਸ ਨੇ ਜਿੱਦਾਂ ਕਿਊਬਿਜ਼ਮ ਇੰਪਰੈਸ਼ਨਿਜ਼ਮ ਪੌਪ ਆਰਟ ਇੱਕ ਮੂਵਮੈਂਟ ਸੀਗਾ ਜੋ ਮੈਂ ਕਿਹਾ ਇੱਕ ਐਡਵਰਟਾਈਜ਼ਿੰਗ ਇੰਡਸਟਰੀ ਨੂੰ ਕਾਫੀ ਉਹ ਪ੍ਰਚਲਿਤ ਹੋਇਆ ਸੀਗਾ ਇੱਕ ਜ਼ਮਾਨੇ ਚ ਜੀ ਸੋ ਡਾਕਟਰ ਸਾਹਿਬ ਜੇ ਗੱਲ ਕਰੀਏ ਤੁਹਾਡੇ ਇਨਫਲੂਐਂਸਿਸ ਦੇ ਬਾਰੇ ਜਿੱਦਾਂ ਹੁਣ ਐਜ਼ ਐਨ ਆਰਟਿਸਟ ਦੀ ਗੱਲ ਕਰੀਏ ਐਜ਼ ਅ ਪੇਂਟਰ ਦੀ ਗੱਲ ਕਰੀਏ ਤੁਹਾਡੇ ਮਤਲਬ ਤੁਹਾਨੂੰ ਕਿਹੜੇ ਆਰਟਿਸਟ ਤੁਹਾਨੂੰ ਜ਼ਿਆਦਾ ਇਨਫਲੂਐਂਸ ਕੀਤਾ ਸੀ ਐਜ਼ ਅ ਪੇਂਟਰ ਦੇ ਵਿੱਚ ਆਉਣ ਦਾ
मैं जो पेंटिंग इस लेवल ते आके करने की कोशिश की थी डेफिनेटली क्योंकि साड़ी ग्रूमिंग एक सिख फिलोसफी के थले हुई ते सिख फिलोसफी दे विच साडे आर्टिस्ट सिख रिलीजन दे नाल जुड़े सन या सिख फिलोसफी दे नाल जुड़े सन वो डेफिनेटली उन्होंने ज्यादा मुतासर किया। और अमृतसर नाइश होने दे नाल और आर्ट गैलरी इंडियन अकेडमी ऑफ फाइन आर्ट्स एंड इतने स्टूडेंट होने दे नाल डेफिनेटली वो जिहड़े आर्टिस्ट जिन्हां ने आर्ट गैलरी नू इंडियन अकेडमी ऑफ फाइन आर्ट्स नू बनाने दे विच अपना बड़ा अहम रोल दिता सी वो उन्हां दा इंप्रेशन साडे उत्ते ज्यादा रहा। और जदों सानू साडे टीचर्स ने पढ़ाया भी ते कितने ना कितने वो भी उस उन्हें थले ही बड़े हुए उस बोर्ड की रुख की छां के थले उन्हें टीच उन्हें जोड़े साढ़े आर्टिस्ट हैं उन्होंने सो इंप्रेशन साढ़े ते भी ज्यादा असी उन्हें मैं समझदा कि मेरे ते चित्रकार शोभा सिंह होना का बहुत इंप्रेशन रहा जो तो मैं रियलिस्टिक काम करता से। लेकिन जो तुसी अपने काम के नाल थोड़े जे निखरते हो वधदे हो तो फिर थोड़े अपने एक्सपेरिमेंटल काम शुरू होते हैं उहदे च यूरोपियन आर्ट का भी साढ़े ते इंप्रेशन आया। मैं समझदा जिहड़ा मुल्तान जिहड़ा साडा क्राफ्ट दे नाल जुड़िया आर्ट सी जिहड़ा साडा पेंटिंग दे नाल जुड़िया आर्ट सी मैं खास तौर ते गल करां ते पाकिस्तान दे मुल्तान दी उहने साडे आर्ट नूं मैं समझदा कि मेरे आर्ट नूं अगे लैके जाण दे विच काफी मेरा साथ दित्ता। जदों असीं अपनी कोई अंदर दी फीलिंग जिहड़ी फोक दे नाल जिहड़ी साडी विरासत दे नाल जिहड़ी हैरिटेज दे नाल जुड़ी जदों असीं एक्सप्रेस करन दी कोशिश करदे सी कैनवस दे उत्ते तां किते ना किते मैनूं लगदा है कि मुल्तान दे आर्ट ने साडे ते ज्यादा मेरे मेरे उत्ते पर्टिकुलर ज्यादा इंपैक्ट कीता उस चीज़ ने। सो फिर जिहड़ी निकलदियां ने फिर अल्टीमेटली वो डिवेलप हुंदियां ने जदों डिवेलप हुंदियां है तां तुसीं अपनियां ही गलतियां तों सीख के फिर नवीं चीज़ां दे उत्ते एक्सपैरिमेंट करदे हो। मैं पेंटिंग नूं बहुत ज्यादा प्रोफेशनल तो खैर मैं अज तक कभी भी नहीं यूज किया किसी भी आर्ट को मैं सिर्फ अपने आर्ट को पैशन के तौर पर यूज किया चाहे वह पोइट्री है चाहे वह राइटिंग्स ने स्टोरीज है या थिएटर है या फिल्म इंडस्ट्री है मैं सिर्फ इनू एज ए पैशन ही यूज किया कभी भी मैं इनू कमर्शियल एंगल तो कभी सोचने की कोशिश भी नहीं की। और शायद जे कभी कमर्शियल एंगल का सोचा होंगे तो बहुत सारिया चीज़ा होर डिवेलप हो सकती सी जिहड़ियां कंटेंपरेरी मार्केट कंटेंपरेरी सोच न बिल्कुल तुसी अगे लेके जाण वास्ते। मैं हुण तक जिन्ना भी काम कीता या जिन्ना भी कुदरत ने मेरे हथों करवाया वो मेरी सिर्फ अपनी जात नूं सुकून देण वास्ते सी अपने हम वैसे भी डॉक्टर साहब जिदा जिदा हुण जे बाय चांस तुसी इनू एज अ प्रोफेशन ले लिया या यही सोच रखी प्रोफेशनली फिर वो जो पैशन वो कितने ना कितने गायब हो जाता है फिर क्योंकि तुसी एज अ बिजनेस कॉम्प्रोमाइज परस्पेक्टिव नूं देखना पैंदे। एग्जैक्टली वो फिर कॉम्प्रोमाइज होता है। बिल्कुल बिल्कुल मैं नहीं चाहता कि बहुत खुश नसीब हाँ कि मैनू अपने वालदैन दे नाल अपने पेरेंट्स दे नाल रहण दा रब ने मौका दिता है ते रोटी खाण वास्ते जिहड़े भी जरिए उन्हें दिते ने बहुत पाक ते साफ ने ते मैनू लगता नहीं कि मैनू कभी अपने आर्ट नू कमर्शली यूज करन दी लोड़ पएगी। सो आई आई लिव विद माई पैशन एंड वट एवर आई डू बीट पोएट्री बीट वट एवर यू नो द वैरायटी ऑफ आर्ट सो मैं उन्हों अपनी जात तक ही रखना चाहना। और मैं उस उन्हें पर्टिकुलर मोमेंट्स नो जिस वेले वो आर्ट की क्रिएशन हो रही होंगी है बिल्कुल मैं इंजॉय करना चाहना। आई आई विश टू सेल इन दैट स्टेट ऑफ ब्लिस रादर देन टू इन कैश। क्या बात है। देखो जी जिहड़े सानू देख रहे ने मैं उम्मीद करदा तुसी इंजॉय कर रहे होंगे क्योंकि बड़ियां इंटरेस्टिंग गल्लां हो रही हैं क्योंकि एंड ऑफ द डे मोटिवेशनल ते इंस्पिरेशनल गल्लां मैं कोशिश करदा हुंदा कि कई इदां दे आर्टिस्ट कई इदां दे इंस्पिरेशंस लैके आईए इंस्टाग्राम लाइव ते। सो तुसी डॉक्टर साहब जी गल करी थोड़ी शायरी दे बारे हुण पोएट्री दे बारे हुण फाइन आर्ट्स दी गल्लां हुई हैं पोएट्री बारे गल्लां दसो कि शायरी दा जिहड़ा शौक है ये कित्थों जाग गया है। मैं जिस तरह तुहानू पहला भी दस्सिया कि मैं शायद चौथी या पंजवीं च पढ़दा सी जदों मैनूं याद है मेरे मदर पंजाबी दे टीचर सन ते सानूं असीं तीन भैण भरावां मैं सब तो छोटा हाँ मैं ते मेरियां दोवां सिस्टर्स नूं मेरे मदर ने कोल बिठा लेना ते शाह मुहम्मद मियाँ मुहम्मद बख्श सुल्तान बाहू बाबा शेख फरीद बाबा वारस बाबा बुल्ले शाह इन्हां दा कलाम पढ़ के सानूं उन्हां ने सुनाना। और शायद ਇਹ ਚਿਣਗ ਉਸ ਵੇਲੇ ਕਿਤੇ ਅੰਦਰ ਲੱਗ ਗਈ। ਫਿਰ ਮੈਨੂੰ ਯਾਦ ਹੈ 1970 ਤੋਂ ਮੈਂ ਆਬਿਦਾ ਪਰਵੀਨ ਸਾਹਿਬਾ ਜਿਹੜੀ ਸੂਫੀ ਜਗਤ ਦੇ
ਉਹ ਬਹੁਤ ਵੱਡੀ ਹਸਤੀ ਨੇ, ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ। ਮੈਂ ਬਹੁਤ ਛੋਟੀ ਏਜ ਤੋਂ ਹਾਂ ਉਸ ਵੇਲੇ, ਲੇਕਿਨ ਕਰਦੇ 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 ਮੈਨੂੰ ਲੱਗਦਾ ਕਿ ਇਸ ਨੂੰ ਐਕਸਪ੍ਰੈਸ ਕਰਨ ਦੇ ਵਿੱਚ, ਪੋਇਟਰੀ ਨੂੰ ਪੋਇਟਿਕ ਫਾਰਮ ਦੇ ਵਿੱਚ, ਮੈਨੂੰ ਆਬਿਦਾ ਜੀ ਦਾ ਥਾਪੜਾ ਮਿਲਿਆ 2004 ਦੇ ਵਿੱਚ। ਉਸ ਤੋਂ ਪਹਿਲਾਂ ਵੀ ਕੁਝ ਲਿਖਿਆ ਹੋਏਗਾ, ਲੇਕਿਨ 2004 ਚ ਜਦੋਂ ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਫਿਰ ਕੁਝ ਗੱਲਾਂ ਜਿਹੜੀਆਂ ਸਨ ਆਪ ਮੁਹਾਰੇ ਕਾਗਜ਼ ਦੇ ਉੱਤੇ ਨਕਸ਼ਬੰਦ ਹੋਈਆਂ, ਉਹ ਫਿਰ ਹਿੱਸਾ ਬਣ ਗਈਆਂ ਤਵਾਰੀਖ ਦਾ। ਇੱਕ ਕਿਤਾਬ ਰੰਗੇ ਇਸ਼ਕ 2017-18 ਚ ਪਬਲਿਸ਼ ਹੋਈ ਸੀ ਸੂਫੀ ਪੋਇਟਰੀ ਦੇ ਉੱਤੇ, ਹਿੰਦੁਸਤਾਨ ਦੀ ਸ਼ਾਇਦ ਪਹਿਲੀ ਕਿਤਾਬ ਸੀ ਜਿਹੜੀ ਤਿੰਨ ਮੁਖਤਲਿਫ ਜ਼ਬਾਨਾਂ ਦੇ ਵਿੱਚ ਇਕੱਠੀ ਪਬਲਿਸ਼ ਹੋਈ, ਹਿੰਦੀ, ਪੰਜਾਬੀ ਤੇ ਉਰਦੂ। ਮੋਸਟ ਆਫ ਜਿਹੜੀ ਮੈਂ ਉਹ ਉਰਦੂ ਚ ਲਿਖਦਾ, ਲੇਕਿਨ ਕਿਉਂਕਿ ਪੰਜਾਬੀ ਮਾਂ ਬੋਲੀ ਹੈ ਇਸ ਕਰਕੇ ਪੰਜਾਬੀ ਮਾਂ ਬੋਲੀ ਬਾਰੇ ਵੀ ਜ਼ਰੂਰ ਲਿਖਦਾ। ਤੇ ਮੈਨੂੰ ਯਾਦ ਹੈ ਕਿ ਇੱਕ ਮੇਰੀ ਛੋਟੀ ਜਿਹੀ ਨਜ਼ਮ ਸੀ, ਉਹ ਆਬਿਦਾ ਜੀ ਨੇ ਸੁਣੀ ਤੇ ਉਹਨੂੰ ਫਿਰ ਉਹਨਾਂ ਨੇ ਕੰਪੋਜ਼ ਵੀ ਕੀਤਾ ਤੇ ਉਹਨੂੰ ਲੈ ਵੀ ਲਿਆ। ਉਹ ਨਜ਼ਮ ਚੇਸ਼ਟ ਉਰਦੂ ਸੀ ਕਿ ਹਰ ਬਾਰ ਧੜਕਤਾ ਹੈ ਜੋ ਦਿਲ, ਇਹ ਰਮਜ਼ ਜ਼ਿੰਦਗਾਨੀ ਵੋ ਸਾਂਸ ਹੈ ਮੇਰੀ ਕਿ ਤੁਮ ਹੋ, ਹਰ ਬਾਰ ਦਿਲ ਇਹ ਰਮਜ਼ ਜ਼ਿੰਦਗਾਨੀ ਵੋ ਸਾਂਸ ਹੈ ਮੇਰੀ ਕਿ ਤੁਮ ਹੋ, ਇਹ ਲਰਜ਼ਾ ਏ ਇਸ਼ਕ ਔਰ ਸਕੂਨੇ ਜ਼ਿੰਦਗਾਨੀ, ਇਹ ਕਾਇਨਾਤ ਹੈ ਮੇਰੀ ਕਿ ਤੁਮ ਹੋ, ਹਰ ਮੰਜ਼ਰ ਜੋ ਨਜ਼ਰ ਆਤਾ ਹੈ ਚਮਕ ਤੁਝਕੋ, ਇਹ ਰੋਸ਼ਨੀ ਇਹ ਬਿਨਾਈ ਆਂਖੋਂ ਕੀ ਹੈ ਮੇਰੀ ਕਿ ਤੁਮ ਹੋ, ਮੇਰੇ ਲਬੋ ਸੇ ਨਿਕਲੇ ਜੋ ਅਲਫਾਜ਼ੇ ਦੁਆ, ਵੋ ਦੁਆ ਵੀ ਹੈ ਮੇਰੀ ਕਿ ਤੁਮ ਹੋ, ਨਾਮਾਲੂਮ ਹੈ ਖੁਦ ਕੋ ਕਿ ਹਸ਼ਰੇ ਹਯਾਤੀ ਕਿਆ ਹੋਗਾ, ਜੋ ਚੱਲ ਰਹਾ ਹੂੰ ਇਨ ਰਾਸਤੋਂ ਮੇਂ ਮੈਂ ਹੂੰ ਕਿ ਤੁਮ ਸਭ ਕਾਦਰ ਹੈ, ਆਪਣੇ ਅੰਦਰ ਤੇ ਕੁਝ ਵੀ ਨਹੀਂ ਤੇ ਆਪਣੇ ਅੰਦਰ ਤੇ ਸਾਹ ਵੀ ਤੁਹਾਡਾ ਨਹੀਂ। ਮੈਂ ਅਕਸਰ ਆਪਣੇ ਆਪ ਨੂੰ ਬਾਰ ਬਾਰ ਇੱਕ ਗੱਲ ਨਾਲ ਰਿਮਾਇੰਡ ਕਰਵਾਉਣਾ ਹੁੰਦਾ ਕਿ ਕੌਣ ਦੇ ਪਾਇਆ ਹੈ ਇਸ ਜਹਾਂ ਮੇਂ ਕਿਸੀ ਕੋ ਕੁਛ ਵੀ ਚਮਕ, ਯਹਾਂ ਤੋ ਹਰ ਸਾਂਸ ਵੀ ਖੁਦਾ ਸੇ ਉਧਾਰੀ ਮਿਲਤੀ ਹੈ। ਸੋ ਯੂ ਡੋਨ ਯੂ ਨੋ, ਤੁਹਾਡਾ ਇੱਕ ਇੱਕ ਸਾਹ ਦੇ ਉੱਤੇ ਵੀ ਆਪਣਾ ਰਾਈਟ ਨਹੀਂ ਹੈ, ਹੱਕ ਨਹੀਂ ਹੈ ਤੇ ਸੋ ਫਿਰ ਇਹ ਤੇ ਪੋਇਟਰੀ ਆਬਿਦਾ ਪਰਵੀਨ ਹੋਣਾ ਦਾ ਬਹੁਤ ਵੱਡਾ ਨਾਮ ਹੈ ਗਾਇਕੀ ਦੀ ਦੁਨੀਆਂ ਦੇ ਵਿੱਚ। ਸ਼ਾਇਦ ਹੀ ਕਿਸਨੇ ਕੋਈ ਹੋਊਗਾ ਜਿਹਨੇ ਉਹਨਾਂ ਦੇ ਗੀਤ ਨਾ ਸੁਣੇ ਹੋਣ, ਪਰ ਪਹਿਲੀ ਮੁਲਾਕਾਤ ਉਹਨਾਂ ਨਾਲ ਕਿਸ ਤਰ੍ਹਾਂ ਹੋਈ ਸੀਗੀ, ਕਿਸ ਤਰ੍ਹਾਂ ਉਹਨਾਂ ਨਾਲ ਤੁਹਾਡਾ ਸਬੱਬ ਬਣਿਆ ਸੀ ਮੈਨੂੰ ਦਾ? 2004 ਦੇ ਵਿੱਚ ਮੈਂ ਕਦੀ ਜ਼ਿੰਦਗੀ ਚ ਸੋਚਿਆ ਨਹੀਂ ਸੀ ਕਿ ਮੇਰੀ ਕਦੀ ਜ਼ਿੰਦਗੀ ਚ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ। ਮੈਂ ਕਦੀ ਇਸ ਕਾਬਲ ਵੀ ਨਹੀਂ ਸਮਝਿਆ ਆਪਣੇ ਆਪ ਨੂੰ, ਕਦੀ ਸੋਚਿਆ ਵੀ ਨਹੀਂ ਸੀ। ਅੰਮ੍ਰਿਤਸਰ ਫੈਸਟੀਵਲ ਸੀ ਜਿਹਦੇ ਚ ਉਹਨਾਂ ਨੇ ਸ਼ਿਰਕਤ ਕੀਤੀ ਪਾਕਿਸਤਾਨ ਤੋਂ, ਉਹਦੇ ਚ ਆਰਟਿਸਟ ਆਏ ਸਨ ਜਿਹਦੇ ਚ ਜਗਜੀਤ ਸਿੰਘ ਜੀ ਗਜ਼ਲ ਗਾਇਕ ਵੀ ਸਨ, ਜਿਹਦੇ ਚ ਪੰਡਿਤ ਹਰੀ ਪ੍ਰਸਾਦ ਚੁਰਸੀਆ ਵੀ ਸਨ, ਭੀਮ ਸਿੰਘ ਜੋਸ਼ੀ ਵੀ ਸਨ, ਅਮਜਦ ਅਲੀ ਖਾਨ ਸਾਹਿਬ ਵੀ ਸਨ, ਔਰ ਸ਼ਹਿਨਾਈ ਵਾਦਕ ਬਿਸਮਿਲਾ ਖਾਨ ਵੀ ਸਨ, ਪਰ ਬਹੁਤ ਸਾਰੇ ਇਸ ਰੁਤਬਿਆਂ ਦੇ ਉਹਦੇ ਚ ਆਰਟਿਸਟ ਉਹਨਾਂ ਨੇ ਸ਼ਿਰਕਤ ਕੀਤੀ। ਖਾਲਸਾ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿਹੜੇ ਦੇ ਵਿੱਚ ਉਹ ਪ੍ਰੋਗਰਾਮ ਹੈਰੀਟੇਜ ਫੈਸਟੀਵਲ 4 ਦਿਨ ਦਾ ਹੋਇਆ ਸੀ। ਇੰਸੀਡੈਂਟਲੀ ਕੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮੇਰੀ ਨੇੜਤਾ ਹੋਣ ਕਰਕੇ, ਔਰ ਉਹਨਾਂ ਨੂੰ ਸ਼ਾਇਦ ਕੁਝ ਅੰਦਾਜ਼ਾ ਸੀ ਕਿ ਮੈਂ ਪ੍ਰੋਗਰਾਮਸ ਨੂੰ ਆਰਗੇਨਾਈਜ਼ ਕਰਨ ਜਾਂ ਉਹਨਾਂ ਨੂੰ ਈਵੈਂਟਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਉਹਨਾਂ ਦੀ ਕੋਈ ਮਦਦ ਕਰ ਸਕਦਾ। ਤੇ ਜਿਸ ਵੇਲੇ ਉਹ ਫੈਰਿਸ ਦੇ ਵਿੱਚ ਉਹਨਾਂ ਦਾ ਨਾਮ ਪੜਿਆ ਗਿਆ ਤਾਂ ਮੈਨੂੰ ਯਾਦ ਹੈ ਕਿ ਮੈਂ ਡੈਪਟੀ ਕਮਿਸ਼ਨਰ ਉਸ ਵੇਲੇ ਦੇ ਸਰ ਰਮਿੰਦਰ ਸਿੰਘ ਸਾਹਿਬ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡਾ ਸਾਰੇ ਦਾ ਸਾਰਾ ਪ੍ਰੋਗਰਾਮ ਮੈਂ ਇਕੱਲਾ ਕਰ ਦਿਆਂਗਾ, ਬਸ ਤੁਸੀਂ ਇਹਨਾਂ ਦੀ ਦੇਖ ਰੇਖ ਤੁਸੀਂ ਮੈਨੂੰ ਅਲਾਓ ਕਰ ਦਿਓ, ਮੈਂ ਇਹਨਾਂ ਨੂੰ ਮੈਂ ਹੀ ਲਵਾਂ ਉੱਥੋਂ। ਤੇ ਮੈਨੂੰ ਯਾਦ ਹੈ ਮੈਂ ਉਹਨਾਂ ਨੂੰ ਬਾਰਡਰ ਤੋਂ ਤੇ ਪਹਿਲੀ ਜੱਫੀ ਜਿਹੜੀ ਉਹਨਾਂ ਨੇ ਮੈਨੂੰ ਪਾਈ ਤੇ ਮੈਨੂੰ ਪਹਿਲੇ ਲਫ਼ਜ਼ ਉਹਨਾਂ ਨੇ ਇਹ ਕਹੇ ਸਨ ਕਿ ਚਮਕ ਅਬ ਤੱਕ ਤੁਮ ਕਹਾਂ ਥੇ। ਬਸ ਕੀ ਬਾਤ ਹੈ। ਉਹ ਫਿਰ ਇਸ ਵੇਲੇ ਤੇ ਇਹ ਹੈ ਕਿ ਆਬਿਦਾ ਜੀ ਸਾਡੇ ਇਸ ਘਰ ਦੀ ਰੂਹ ਨੇ, ਮੇਰੇ ਦੋਵੇਂ ਬੱਚਿਆਂ ਦੇ ਨਾਮ ਉਹਨਾਂ ਨੇ ਰੱਖੇ ਨੇ, ਔਰ ਮੈਂ ਕੋਈ 33 ਵਾਰ ਦੇ ਕਰੀਬ ਪਾਕਿਸਤਾਨ ਗਿਆ, ਔਰ ਮੇਰੇ ਪਾਕਿਸਤਾਨ ਜਾਣ ਦਾ ਮਕਸਦ ਜਿਹੜਾ ਹੈ ਉਹ ਸਿਰਫ ਤੇ ਸਿਰਫ ਮੇਰੀ ਜ਼ਿਆਰਤ ਹੁੰਦੀ ਹੈ ਆਬਿਦਾ ਪਰਵੀਨ ਜੀ ਦੇ ਕੋਲ। ਹੁਣ ਵੀ ਮੈਂ ਪਿਛਲੇ ਮਹੀਨੇ ਮਾਰਚ ਵਿੱਚ ਉੱਥੇ ਜਾਣਾ ਸੀ, ਕੋਵਿਡ ਕਰਕੇ ਨਹੀਂ ਜਾ ਸਕਿਆ, ਉਹਨਾਂ ਨੂੰ
ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਅਵਾਰਡ ਨਿਸ਼ਾਨੇ ਇਮਤਿਆਜ਼ ਨਿਸ਼ਾਨੇ ਪਾਕਿਸਤਾਨ ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਕਾਨਫਰ ਕੀਤਾ ਹੈ ਹਾਏ ਤੇ ਹਾਏ ਉਹਨਾਂ ਦੀ ਕਿ ਮੈਂ ਉਹਨਾਂ ਦੇ ਨਾਲ ਉੱਥੇ ਉਸ ਵੇਲੇ ਜਾਵਾਂ ਬਟ ਬਿਕੋਜ਼ ਆਫ ਦਾ ਕੋਵਿਡ ਬਾਰਡਰਸ ਬੰਦ ਹੋਣ ਕਰਕੇ ਆਈ ਕੁਡਨਟ ਗੋ ਸੋ ਰੱਬ ਸੋਹਣੇ ਨੇ ਚਾਹਿਆ ਸੋ वैसे डॉक्टर साहब कोविड का जो होया है पिछले मार्च तो पिछले साल तो चलता आ रहा है, काफी बदलाव आ गया है, वर्किंग द सिस्टम बदल गया है, कई कई घरों बह के काम कर रहे हैं, एक सिस्टमैटिक तरीके नाल काम कर रहे हैं। तुसी खुद किस तरह अपना समा बतीत कर रहे हो जिस तरह? मैं समझता कि हर चीज दे विच कुदरत ने कोई ना कोई राज लुकाए होते ने। मैनी ए टाइम्स ऐसी लोग अनफोल्ड नहीं कर पाते। मैं लगता है कि कोविड ने जिथे पूरी दुनिया दे विच तबाही मचाई और हुण तक मचा रहा है, लेकिन उथे अपने आप नाल मिलन वास्ते उन्हें तुहानू जिंदगी दा एक बेहतरीन समा भी दिता, जिहड़ा पूरे दा पूरा एक साल पीरियड निकलिया जिहड़ा हुण तक भी चल रहा है। मैं समझदा कि शायद असी मसनूई दौर दे विच जिहड़ी मटीरियलिस्टिक मटीरियलिज्म दी दौर दे विच या भौतिकवादी है या चीज़ां नूं इकट्ठियां करन दी दौर दे विच इन्ने ज़्यादा रुझ गए सी पूरी दुनिया दे विच कि किसी कोल गल करन वास्ते भी वक्त नहीं सीगा। एक साल दे विच तुहानूं सानूं सारिआं नूं अपनीआं जरूरतां दा भी पता लग गया ते अपने आप नाल ते अपने फैमिली दे नाल मिलन दा अपने आप दे नाल अपनी अंदर दी जात नाल मिलन दा एक बड़ा खूबसूरत रब सोने ने मौका दिता। इस मैं समझदा कि ब्लेसिंग इन डिस्गाइज़। सो जिस तरह असी ज्यो ज्यो कोविड ने अपना रूप अख्तियार किया त्यों त्यों असी लिटरेचर नूं हुण तुसी जिहड़ी पहली गल कीती कि डिजिटल फॉर्मैट शायद जिस तरह गल कर रहे हैं जे कोविड ना आया होंदा तो शायद ये डिजिटल फॉर्मेट वाला भी ये पार्ट साढ़े च डिवेलप ना होंदा जिस तरह असीं फिजिकल सैशन करते सी या मेरी मुलाकात भी शायद तुहाडे नाल ना हो पाती। सो इट इज अ ब्लेसिंग। नाउ वी मस्ट काउंट द ब्लेसिंग्स जिहड़ियां कुदरत ने सानूं दित्तियां। ऑफ कोर्स पूरी दुनिया दे विच इसका नुकसान बहुत होया, बहुत सारिया बेशकीमती जाना साढ़े कोलों चलिया गई ने और हुण तक जा रही ने और मैं दे दुआ गो हाँ दुआ करदा अरदास करदा उस रब सच्चे पातशाह के इस नूं छेती खत्म करे ताकि दुनिया अंदर न अपने आप न मिल चुकी है तो हुण प्यार वंड सके। हाँ जी, नफरत हाँ नफरत कटी बिल्कुल 100%। मैं इस गल समझदा कि पूरी दुनिया दे विच पिछले एक साल दे विच आम लोगों दे विच नफरत कटी एक दूसरे वास्ते। जे मुहब्बत का पैगाम कुदरत ने दिता है तो हूँ कुदरत इस हालात भी लेके आए कि वह मुहब्बत जिहड़ा प्यार है वंडिया जा सके। सो पिछले एक साल दे विच असी लिटरेचर नूं लैके बहुत काम किया, कुछ ऑनलाइन सैशन भी किए, कुछ थिएटर भी असी ऑनलाइन किए जिहड़े फिजिकली पॉसिबल नहीं सन, असी फिर उन्होंने सारे ऑनलाइन OTT प्लेटफॉर्म से लै लिया। पिछले साल दे विच तकरीबन असी 300 तो वध जिहड़े असी जिहड़े डिजिटल फॉर्मेट दे उत्ते ऑनलाइन प्लेटफॉर्म दे उत्ते असी सैशन कीते। दुनिया दे बेहतरीन लोग जिहड़े राइटर्स ऑथर्स जर्नलिस्ट आर्टिस्ट उन्हां नूं असी मिल सके। फिर असी एक होर उपराला कीता कि जिहड़े आर्टिस्ट ने जिहड़े वर्किंग आर्टिस्ट ने कोविड करके जिन्हां दे कोल उन्हां दी रोजमर्रा जिंदगी नूं चलाउण वास्ते भी एक रुजगार नहीं रहा, असी इसे ऑनलाइन प्लेटफॉर्म से असी उन्होंने भी कोशिश की थी। हर महीने दे विच दो या तीन आर्टिस्ट असी लैके भावें एक बहुत छोटी जी नॉमिनल अमाउंट असी 5,000 तो 10,000 ही आर्टिस्ट नूं देंदे सी, लेकिन उहदी सस्टेनेबिलिटी से वो और उहदे फन नूं दुनिया तक पहुंचाने वास्ते बहुत जरूरी सी। आर्टिस्ट भुखा तो रह सकता है लेकिन आर्टिस्ट जे अपने फन का मुजहरा ना करे तो शायद वह उसे ज्यादा वड्डा नुकसान कर दे। सो असी कोशिश की थी कि जिहड़े पंजाबी जगत दे नाल जुड़े आर्टिस्ट ने असी उन्हां नूं लईए, फिर असी राजस्थान चो इस तरह वक्ख वक्ख खित्तियां चो लए, कुछ बाहरों भी लए और असी कोशिश कीती कि असी जे कुछ सार्थक पक्ष दे सकीए तो वह जरूर दईए और असी कामयाब हुए और आर्टिस्ट आर्ट फ्रटर्निटी भी इस गल तो बहुत खुश है। और जिहड़े कह रहे कि असी थिएटरिकल परफॉर्मेंसिस भी ऑनलाइन कीतियां उहदे नाल माइक जिहड़ी फाइनैंशियल हैल्प है वह भावें बहुत ज्यादा ना भी की जा सकती होवे, लेकिन जो तुसीं किसी के फन नूं भी किसी की एक्सप्रैशन नूं दुनिया तक लैके आते हो तो जिहड़ी उहनूं इंटरनल सैटिस्फैक्शन मिलती है मैं समझदा कि वह बहुत ज्यादा सने मेरे जो मैं भी कि आई ऑलवेज फेल्ट इट कि एटलीस्ट
ਅਸੀਂ ਦੁਨੀਆ ਦੇ ਨਾਲ ਰੂਬਰੂ ਹੋ ਸਕਦੇ ਹਾਂ, ਦੁਨੀਆ ਦੇ ਨਾਲ ਆਪਣੀ ਗੱਲ ਕਰ ਸਕਦੇ ਹਾਂ। ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਸ਼ਾਇਦ ਤੁਹਾਡੇ ਅੰਦਰ ਦੀ ਜਿਹੜੀ ਜੋਤ ਜਲ ਰਹੀ ਹੈ, ਜਿਹੜੀ ਤੁਹਾਡੇ ਤੁਸੀਂ ਗੱਲਾਂ ਮੇਰੇ ਨਾਲ ਕਰ ਰਹੇ ਹੋ, ਮੈਂ ਇਹਨਾਂ ਗੱਲਾਂ ਦੇ ਵਿੱਚੋਂ ਵੀ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਇਸ ਲਈ ਅਸੀਂ ਸਾਰੇ ਇੱਕ ਦੂਸਰੇ ਦੇ ਕੋਲੋਂ ਸਿੱਖਦੇ ਹਾਂ, ਔਰ ਮੈਂ ਸਮਝਦਾ ਕਿ ਕੋਵਿਡ ਨੇ ਸਾਨੂੰ ਆਪਣੇ ਆਪ ਨਾਲ ਮਿਲਣ ਦਾ ਇੱਕ ਬਹੁਤ ਹੀ ਖੂਬਸੂਰਤ ਮੌਕਾ ਦਿੱਤਾ। देखो जी डॉक्टर साहब, मैं तो समा थोड़े को सीख रहा इस वक्त। वाह जी वाह, क्या बात है। नहीं गल्ला बड़ी कमाल दी हो रही है। तुसी जिक्र कर रहे हैं थिएटर के बारे, हम थिएटर की गल्ला करिए, क्योंकि थिएटर का भी अपना एक आर्ट है, एक अपना एक मैं ख्याल एक एक्चुअल आर्ट जिन्होंने कही ना, जो लाइव ऑडियंस के सामने परफॉर्म कर रहे स्टेज पर, कोई टेक्स नहीं, कोई रीटेक्स नहीं, कोई घट वट के क्लिप नहीं जोड़े जाते, लाइव परफॉर्म तुसी कर रहे हैं स्टेज पे। कंपैरेटिवली टू सिनेमा टू थिएटर, थोड़े हिसाब नाल थिएटर जो कॉन्सेप्ट है, थानू लगता है कि कितने जनरेशन अज के हिसाब नाल थिएटर नाल इन्ना ज्यादा जुड़े नहीं है जिन्ना जुड़ना चाहिए उन्होंने? बिल्कुल, ये मैं समझता कि पूरी दुनिया दे विच ही ये नुक्स पै रहा सी। रीजन जेड़ा सी ना 1980 दे दहाके तक, टिल 1980s थिएटर और पूरी दुनिया दे विच जिंदा सी। तुसी हिस्टोरिकल फैक्ट ने तुसी स्टैटिस्टिक्स कढ़ के देख सकते हो कि पूरी दुनिया दे विच थिएटर नू देखन वास्ते लोग जांदे सन और लाइव परफॉर्मेंसेस नू लोग लाइक करदे सन। होया कि 1980 ਦੇ ਵਿੱਚ ਤੋਂ ਲੈ ਕੇ ਜਦੋਂ ਜਿਉਂ ਗਲੋਬਲ ਵਿਲੇਜ ਦੀ ਇੱਕ ਕਹਾਣੀ ਬਣਨੀ ਸ਼ੁਰੂ ਹੋਈ, ਜਿਉਂ ਜਿਉਂ ਟੈਕਨੋਲੋਜੀ ਨੇ ਆਪਣੇ ਪੈਰ ਪਸਾਰੇ, ਟੈਕਨੋਲੋਜੀ ਦੀਆਂ ਐਡਵਾਂਟੇਜਸ ਸਨ, ਡਿਸਐਡਵਾਂਟੇਜਸ ਵੀ ਨਾਲ ਸਨ, ਹਰ ਚੀਜ਼ ਦੇ ਪ੍ਰੋਸ ਐਂਡ ਕੌਨਸ ਨਾਲ ਹੀ ਹੁੰਦੇ ਨੇ, ਬਿਲਕੁਲ ਇੱਕ ਸ਼ੁਰੂ ਹੋ ਗਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ। ਉਸ ਰੇਸ ਨੇ ਸਾਨੂੰ ਸ਼ਾਇਦ ਫਾਈਨੈਂਸ਼ੀਅਲੀ ਸਟਰੋਂਗ ਕਰਨ ਦੇ ਵਿੱਚ ਤੇ ਬਹੁਤ ਮਦਦ ਕੀਤੀ, ਲੇਕਿਨ ਇਮੋਸ਼ਨਲੀ ਤੇ ਸੋਸ਼ਲੀ ਅਸੀਂ ਕੱਟਣਾ ਸ਼ੁਰੂ ਹੋ ਗਏ। ਕਿੱਥੇ ਅਸੀਂ ਜੁਆਇਨ ਰਹਿੰਦੇ ਸੀ, ਕਿੱਥੇ ਅਸੀਂ, ਜੇ ਮੈਂ ਰੂਰਲ ਸੈਕਟਰ ਦੀ ਗੱਲ ਕਰਾਂ ਜਾਂ ਅਰਬਨ ਸੈਕਟਰ ਦੀ ਵੀ ਗੱਲ ਕਰਾਂ, ਤੇ ਮੁਹੱਲਿਆਂ ਵਾਲੇ ਲੋਕ, ਏਰੀਆਜ਼ ਵਾਲੇ ਲੋਕ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੁੰਦੇ ਸਨ। ਫਿਰ ਇੱਕ ਪੀਰੀਅਡ ਆਇਆ ਕਿ ਮੇਰੇ ਨੇਬਰਹੁੱਡ 'ਚ ਕੌਣ ਰਹਿ ਰਿਹਾ, ਸ਼ਾਇਦ ਮੈਨੂੰ ਇਹ ਵੀ ਨਹੀਂ ਸੀ ਪਤਾ। ਮੈਂ ਆਪਣੀ ਜੁਆਇੰਟ ਫੈਮਿਲੀਜ਼ ਉਸੇ ਨਿਊਕਲੀਅਸ ਫੈਮਿਲੀਜ਼ ਦੇ ਵਿੱਚ ਆਉਣਾ ਸ਼ੁਰੂ ਹੋ ਗਏ। ਸੋ ਇੱਕ ਕਿਤੇ ਨਾ ਕਿਤੇ ਜਦੋਂ ਅਸੀਂ ਉਸ ਰੇਸ ਦਾ ਹਿੱਸਾ ਬਣੇ ਤਾਂ ਥੀਏਟਰ ਦੀ ਉਹ ਵਿਧੀ, ਉਹ ਮੀਡੀਅਮ ਸਾਡੇ ਕੋਲੋਂ ਘਟਣਾ ਸ਼ੁਰੂ ਹੋਇਆ। ਬਟ ਜ਼ਿੰਦਗੀ 'ਚ ਮੈਂ ਇਹ ਸਮਝਦਾ ਕਿ ਕਦੀ ਕਿਸੇ ਚੀਜ਼ ਦਾ ਵੀ ਨਾਸ ਨਹੀਂ ਹੁੰਦਾ। ਸਾਡੇ ਵਰਗੇ ਜਾਂ ਹੋਰ ਨਲਾਇਕ ਚੌਕੀਦਾਰ ਜਿਹੜੇ ਨੇ, ਸਾਡੇ ਵਰਗੇ ਨਲਾਇਕ, ਉਹ ਆਵਾਜ਼ ਹੌਕਾ ਦਿੰਦੇ ਰਹਿੰਦੇ ਨੇ ਵੀ ਜਾਗਦੇ ਰਹੋ, ਤੇ ਕਿਤੇ ਨਾ ਕਿਤੇ ਕੋਈ ਇੱਕ ਇਨਸਾਨ ਜੇ ਜਾਗਦਾ ਤਾਂ ਉਹ ਦੂਜੇ ਨੂੰ ਕਿਸੇ ਨੂੰ ਜਗਾਉਣ ਦੇ ਵਿੱਚ ਮਦਦ ਕਰਦਾ ਰਹਿੰਦਾ। ਸੋ ਥੀਏਟਰ ਮਰਿਆ ਨਹੀਂ, ਘਟਿਆ, ਲੇਕਿਨ ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਅੰਮ੍ਰਿਤਸਰ ਪੂਰੇ ਇੰਡੀਆ ਦੀ ਇੱਕ ਥੀਏਟਰ ਹੱਬ ਬਣ ਕੇ ਉਭਰਿਆ। ਇਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਸਾਡੇ ਬੜੇ ਸਿਰਮੌਰ ਰਾਈਟਰ, ਐਕਟਰ, ਡਾਇਰੈਕਟਰ ਜਤਿੰਦਰ ਬਰਾੜ, ਉਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ, ਪੰਜਾਬ ਨਾਟਸ਼ਾਲਾ। ਫਿਰ ਆਰਟ ਗੈਲਰੀ ਨੇ ਬਹੁਤ ਵੱਡਾ ਹੌਸਲਾ ਕੀਤਾ ਇਸ ਗੱਲ ਵਾਸਤੇ ਔਰ ਇਹਨੂੰ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਥੀਏਟਰ ਨੂੰ ਪਕੜਿਆ। ਫਿਰ ਇੱਕ ਸਾਡੇ ਕੋਲ ਹੋਰ ਸੰਸਥਾ ਹੈ ਵਿਰਸਾ ਵਿਹਾਰ, ਜਿਹਨੇ ਅਸੀਂ ਤਿੰਨ ਸੰਸਥਾਵਾਂ ਨੇ ਰਲ ਕੇ ਅਸੀਂ ਇਹ ਬੀੜਾ ਚੁੱਕ ਲਿਆ। ਔਰ ਕੈਨ ਯੂ ਬਿਲੀਵ ਕਿ ਪਿਛਲੇ 10 ਸਾਲਾਂ ਦੇ ਵਿੱਚ ਅੰਮ੍ਰਿਤਸਰ ਇਸ ਵੇਲੇ ਪੂਰੀ ਫਿਲਮ ਇੰਡਸਟਰੀ ਤੇ ਪੂਰੀ ਥੀਏਟਰ ਇੰਡਸਟਰੀ ਨੂੰ ਆਰਟਿਸਟ ਕੇਟਰ ਕਰ ਰਿਹਾ। ਹਾਏ ਹਾਏ, ਬਿਲਕੁਲ ਬੇਸ਼ੱਕ। ਸਾਡੀਆਂ ਪਰਫਾਰਮੈਂਸਿਸ ਜਿਹੜੀਆਂ ਨੇ, ਨਾ ਕੇਵਲ ਅੰਮ੍ਰਿਤਸਰ, ਨਾ ਕੇਵਲ ਪੰਜਾਬ, ਨਾ ਕੇਵਲ ਇੰਡੀਆ, ਬਲਕਿ ਬੈਰੂਨੇ ਮੁਲਕ, ਅਸੀਂ ਇੰਗਲੈਂਡ, ਕੈਨੇਡਾ, US, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਜਿੱਥੇ ਵੀ ਸਾਡਾ ਡਾਇਸਪੋਰਾ ਹੈ, ਜਿੱਥੇ ਜਿੱਥੇ ਪੰਜਾਬ, ਪੰਜਾਬੀ ਵਸਦਾ, ਚਾਹੇ ਉਹ ਈਸਟਰਨ ਪੰਜਾਬ ਤੋਂ ਜੁੜਿਆ, ਚਾਹੇ ਉਹ ਵੈਸਟਰਨ ਪੰਜਾਬ ਤੋਂ ਜੁੜਿਆ, ਭਾਵੇਂ ਉਹ ਪੱਛਮੀ ਪਾਕਿਸਤਾਨ ਦੇ ਪੰਜਾਬ ਦਾ ਜਾਂ ਹਿੰਦੁਸਤਾਨ ਦੇ ਪੰਜਾਬ ਦਾ, ਉਹ ਜਿਉਂ ਹੀ ਇਸ ਖਿੱਤੇ ਤੋਂ ਬਾਹਰ ਨਿਕਲਦਾ ਤੇ ਉਹ ਪੰਜਾਬੀ ਬਣ ਜਾਂਦਾ, ਉਹਦੀ ਪਹਿਚਾਣ ਪੰਜਾਬੀ ਬਣ ਜਾਂਦੀ, ਉਹ ਪਾਕਿਸਤਾਨ ਜਾਂ ਹਿੰਦੁਸਤਾਨ ਦਾ ਨਹੀਂ ਰਹਿ ਜਾਂਦਾ। ਸੋ ਇਹ ਸਾਨੂੰ ਬੜਾ ਹੁੰਗਾਰਾ ਦਿੱਤਾ ਔਰ ਅਸੀਂ ਇਹ ਥੀਏਟਰ ਨੂੰ ਰਿਵਾਈਵ ਕਰਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਅੰਮ੍ਰਿਤਸਰ ਇੱਕ ਥੀਏਟਰ ਹੱਬ ਬਣ ਗਈ, ਹੁਣ ਇਸ ਵੇਲੇ ਜਿਹੜੇ ਸਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਮੋਰ ਦੈਨ 500 ਵਰਕਿੰਗ ਆਰਟਿਸਟ ਨੇ ਜਿਹੜੇ ਰੈਗੂਲਰ ਕੰਮ ਕਰ ਰਹੇ ਨੇ ਥੀਏਟਰ ਦੇ ਨਾਲ ਤੇ ਪੰਜਾਬੀ ਫਿਲਮ ਇੰਡਸਟਰੀ ਤੇ ਬੰਬੇ ਫਿਲਮ ਇੰਡਸਟਰੀ ਦੇ ਨਾਲ। ਵਾਓ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਥੀਏਟਰ ਪਹਿਲਾਂ ਇਹਦੀ ਕਿਸਮ ਕੁਛ ਹੋਰ ਸੀ, ਨੁੱਕੜ ਨਾਟਕ ਤੋਂ ਨਿਕਲਦਾ, ਅਸੀਂ ਖੁੰਡ ਚਰਚਾ ਜਾਂ ਪਿੰਡਾਂ ਦੇ ਵਿੱਚ ਬੋੜਾਂ ਥੱਲੇ ਨਾਟਕ ਕਰਦੇ ਸੀ, ਜਾਂ ਫਿਰ ਅਸੀਂ ਓਪਨ
8 ਥੀਏਟਰ ਦੇ ਵਿੱਚ ਕਰਦੇ ਸੀ ਕਿ 50 ਬੰਦੇ ਇਕੱਠੇ ਹੋ ਜਾਏ ਜਿਹਨੂੰ ਅਖਾੜਾ ਕਿਹਾ ਜਾਂਦਾ ਸੀ ਫਿਰ ਜਿਸ ਟੈਕਨੋਲੋਜੀ ਨੇ ਸਾਨੂੰ ਸਾਥ ਦਿੱਤਾ ਅਸੀਂ ਸਾਈਕਸ ਲੈ ਕੇ ਆਏ ਮੂਵਿੰਗ ਸਟੇਜਸ ਬਣਨੀਆਂ ਸ਼ੁਰੂ ਹੋ ਗਈਆਂ ਆਡੀਅੰਸ ਤੇ ਥੀਏਟਰ ਪਰਫਾਰਮਰ ਦਾ ਇੰਟੀਮੇਸੀ ਕ੍ਰੀਏਟ ਹੋ ਗਈ ਐਕਟਰ ਜਿਹੜਾ ਆਡੀਅੰਸ ਦੇ ਵਿੱਚ ਜਾ ਕੇ ਪਰਫਾਰਮ ਕਰ ਸਕਦਾ ਸੀ ਆਡੀਅੰਸ ਪਾਰਟ ਆਫ ਸਟੇਜ ਬਣਨਾ ਸ਼ੁਰੂ ਹੋ ਗਈ ਸੋ ਦਿਸ ਇਜ਼ ਹਾਊ ਵੀ ਗ੍ਰੈਜੂਅਲੀ ਡਿਵੈਲਪਡ ਐਂਡ ਵੀ ਲਰਨ ਫਰੋਮ ਆਲ ਓਵਰ ਦ ਵਰਲਡ ਐਂਡ ਪ੍ਰੋਬੇਬਲੀ ਯੂ ਨੀਡ ਟੂ ਕਮ ਟੂ ਅੰਮ੍ਰਿਤਸਰ ਯੂ ਨੀਡ ਟੂ ਕਮ ਟੂ ਇੰਡੀਆ ਟੂ ਐਕਸਪੀਰੀਅੰਸ ਰਾਈਟ ਨਾਓ ਡੈਫੀਨਿਟਲੀ ਡੈਫੀਨਿਟਲੀ ਜ਼ਰੂਰ ਜ਼ਰੂਰ ਕਿਉਂਕਿ ਦੇਖੋ ਜੀ ਮੈਂ ਬੜਾ ਹੈਰਾਨ ਹੋਇਆ ਸੀ ਜੋ ਅਰੀਜ ਆ ਉਹਨਾਂ ਨੇ ਤੁਹਾਡੇ ਬਾਰੇ ਜ਼ਿਕਰ ਕੀਤਾ ਸੀ ਤੇ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਬਾਰੇ ਮੈਂ ਰੀਡ ਕਰ ਰਿਹਾ ਸੀ ਜੋ ਇੰਸਟੀਟਿਊਟ ਦੀ ਵੈਬਸਾਈਟ ਵੀ ਸਾਰੇ ਪਾਸੇ ਤੇ ਮੈਂ ਬੜਾ ਹੈਰਾਨ ਹੋਇਆ ਕਿ ਥੀਏਟਰ ਨਾਲ ਤੁਸੀਂ ਜੁੜੇ ਹੋ ਕਿਉਂਕਿ ਥੀਏਟਰ ਮੈਨੂੰ ਵੀ ਬੜਾ ਪਸੰਦ ਹੈ ਕਿਉਂਕਿ ਮੈਨੂੰ ਯਾਦ ਆ ਹਾਈ ਸਕੂਲ ਦੇ ਟਾਈਮ ਚ ਅਸੀਂ ਸਾਡਾ ਇੱਕ ਸੈਸ਼ਨ ਹੁੰਦਾ ਸੀਗਾ ਜਦੋਂ ਅਸੀਂ ਬਕਾਇਦਾ ਸਟੂਡੈਂਟਾਂ ਦੇ ਸਾਹਮਣੇ ਅਸੀਂ ਪਰਫਾਰਮ ਕਰਦੇ ਹੁੰਦੇ ਸੀਗੇ ਤੇ ਮੈਨੂੰ ਯਾਦ ਹੈ ਕਿਤੇ ਨਾ ਕਿਤੇ ਉਹ ਗਾਇਬ ਹੋ ਗਈ ਚੀਜ਼ ਉਹ ਜਿਹੜੀ ਚੀਜ਼ ਅਸਲ ਜੋ ਐਕਚੁਅਲ ਟੈਲੈਂਟਡ ਚੀਜ਼ ਜਿਹੜੀ ਤੁਸੀਂ ਲਾਈਵ ਆਡੀਅੰਸ ਦੇ ਸਾਹਮਣੇ ਤੁਸੀਂ ਇੱਕ ਸਟੋਰੀ ਦੇਖ ਰਹੇ ਹੋ ਸਟੇਜ ਤੇ ਇੱਕ ਪਰਫਾਰਮੈਂਸ ਦੇ ਰਹੇ ਹੈ ਉਹ ਆਟੋਮੈਟਿਕਲੀ ਬੰਦਾ ਜ਼ਿਆਦਾ ਉਹਦੇ ਚ ਇੰਗੇਜ ਹੁੰਦੇ ਆ ਰਾਵਰ ਦੈਨ ਵਾਚਿੰਗ ਅ ਮੂਵੀ ਸੋ ਥੋੜਾ ਜਿਹਾ ਆਪਣੇ ਬਾਰੇ ਡਾਕਟਰ ਸਾਹਿਬ ਦੱਸੋ ਕਿ ਤੁਸੀਂ ਵੀ ਸ਼ਾਇਦ ਤੁਸੀਂ ਥੀਏਟਰ ਕੀਤਾ ਹੋਏਗਾ ਸਟੇਜ ਤੇ ਪਰਫਾਰਮ ਕੀਤਾ ਹੋਏਗਾ ਤੁਸੀਂ ਉਹਦੇ ਬਾਰੇ ਵੀ ਸਾਨੂੰ ਦੱਸੋ ਐਕਸਪੀਰੀਅੰਸ ਦਾ ਜਦੋਂ ਤੁਸੀਂ ਐਕਟਿੰਗ ਚ ਵੀ ਤੁਸੀਂ ਕੰਮ ਕੀਤਾ ਮੈਂ ਪਹਿਲੀ ਕਹਾਣੀ ਮੁਨਸ਼ੀ ਪ੍ਰੇਮ ਚੰਦ ਦੀ ਅਠੰਨੀ ਕਾ ਚੋਰ ਉਹਨਾਂ ਦੀ ਇੱਕ ਬੜੀ ਪ੍ਰੋਮੀਨੈਂਟ ਕਹਾਣੀ ਸੀ ਮੈਂ ਚੌਥੀ ਜਮਾਤ ਫੋਰਥ ਵਿੱਚ ਜਦੋਂ ਮੈਂ ਪਹਿਲੀ ਵਾਰ ਉਹਦੇ ਚ ਐਕਟ ਕੀਤਾ ਸੀ ਫਿਰ ਜਿਉਂ ਜਿਉਂ ਪੜ੍ਹਾਈ ਦੇ ਬੋਝ ਵਧਦੇ ਗਏ ਜਾਂ ਪੜ੍ਹਾਈ ਦੇ ਪ੍ਰੈਸ਼ਰਸ ਵਧਦੇ ਗਏ ਜਾਂ ਪੇਰੈਂਟਸ ਦੀਆਂ ਐਕਸਪੈਕਟੇਸ਼ਨ ਤੁਹਾਡੇ ਕੋਲ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਹੋਣੀਆਂ ਸ਼ੁਰੂ ਹੋਈਆਂ ਤਾਂ ਕਿਤੇ ਨਾ ਕਿਤੇ ਇਹ ਚੀਜ਼ ਕੰਪਰੋਮਾਈਜ਼ ਹੋਈ ਫਿਰ ਦੁਬਾਰਾ 2004-05 ਦੇ ਵਿੱਚ ਇੱਕ ਮੌਕਾ ਮਿਲਿਆ ਇਸ ਥੀਏਟਰਿਕਲ ਸਕਿੱਲ ਨੂੰ ਲੋਕਾਂ ਤੱਕ ਲੈ ਕੇ ਜਾਣ ਵਾਸਤੇ ਐਮ ਕੇ ਰਾਇਨਾ ਇੱਕ ਬੜੇ ਪ੍ਰੋਮੀਨੈਂਟ ਸਾਡੇ ਫਿਲਮ ਇੰਡਸਟਰੀ ਦੇ ਡਾਇਰੈਕਟਰ ਵੀ ਨੇ ਥੀਏਟਰ ਪਰਸਨ ਵੀ ਨੇ ਉਹਨਾਂ ਦੀ ਰੰਗ ਟੋਲੀ ਦੇ ਨਾਲ ਯਾਦ ਹੈ ਕਿ 2004 'ਚ ਮੈਂ ਪਹਿਲੀ ਵਾਰੀ ਪਰਫਾਰਮ ਕੀਤਾ ਗੁਰਚਰਨ ਦਾਸ ਇੱਕ ਸਟੋਰੀ ਸੀ ਨਾਈ ਜਾਕੋ ਹਿਲ IAS ਆਫਿਸਰ ਦਾ ਕਿਰਦਾਰ ਸੀ ਬਸ ਉਹ ਫਿਰ ਇੱਕ ਉਹ ਰੰਗ ਬੱਜਾ ਉਹ ਲੜੀ ਜੁੜੀ ਫਿਰ ਵੱਖ ਵੱਖ ਡਾਇਰੈਕਟਰਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਵੱਖ ਵੱਖ ਯੋਨਰਸ ਦੇ ਲਈ ਕੰਮ ਕਰਨ ਦਾ ਮੌਕਾ ਮਿਲਿਆ ਵੱਖ ਵੱਖ ਰਾਈਟਰਸ ਦੇ ਨਾਲ ਫਿਰ ਪੈਨ ਇੰਡੀਆ ਵੀ ਕੀਤਾ ਬਾਹਰ ਵੀ ਕੀਤਾ ਪਾਕਿਸਤਾਨ ਵੀ ਕੀਤਾ ਕੈਨੇਡਾ ਵੀ ਕੀਤਾ ਅਮੈਰੀਕਾ ਵੀ ਕੀਤਾ ਫਿਰ ਉਹ ਤੁਹਾਡੇ ਨਾਲ ਇੱਕ ਰਸਤਾ ਜੁੜਦਾ ਗਿਆ ਉਹ ਕਹਿੰਦੇ ਨਾ ਕਿ ਕਾਫਲੇ ਬੜਦੇ ਗਏ ਔਰ ਆਪ ਆਗੇ ਬੜਦੇ ਗਏ ਏਕ ਸੇ ਏਕ ਰਲਦੇ ਗਏ ਇਹਦੇ ਜਿਹੜੀ ਸਭ ਤੋਂ ਵੱਡੀ ਮੈਨੂੰ ਗੱਲ ਨਜ਼ਰ ਆਉਂਦੀ ਹੈ ਨਾ ਕਿ ਜਿਹੜੀਆਂ ਸਾਡੀਆਂ ਦਾਦੀਆਂ ਨੇ ਕਹਾਣੀਆਂ ਸਾਨੂੰ ਸੁਣਾਉਂਦੀਆਂ ਸਾਡੇ ਕੋਲ ਦਾਦੀਆਂ ਗਈਆਂ ਸ਼ਾਇਦ ਅਸੀਂ ਥੀਏਟਰ ਦੇ ਨਾਲ ਜੁੜ ਕੇ ਉਹਨਾਂ ਕਹਾਣੀਆਂ ਨੂੰ ਸਮਾਜ ਦੀਆਂ ਉਹਨਾਂ ਗੱਲਾਂ ਨੂੰ ਦੁਬਾਰਾ ਲੋਕਾਂ ਦੇ ਸਾਹਮਣੇ ਲਿਆ ਕੇ ਆਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਤੇ ਅਸੀਂ ਸਾਡੇ ਕੋਲ ਰਾਈਟਰਸ ਨਵੇਂ ਪੈਦਾ ਹੋਣੇ ਸ਼ੁਰੂ ਹੋਏ ਸਕ੍ਰਿਪਟ ਰਾਈਟਰਸ ਨਵੇਂ ਪੈਦਾ ਹੋਣੇ ਸ਼ੁਰੂ ਹੋਏ ਜਿਹੜੇ ਅੰਦਰ ਕਈ ਕੁਝ ਲੋਕਾਂ ਦੇ ਚੱਲ ਰਿਹਾ ਹੁੰਦਾ ਉਹਨੂੰ ਐਕਸਪ੍ਰੈਸ ਕਰਨ ਦਾ ਜਾਂ ਉਹਨੂੰ ਕਿਤੇ ਪੋਰਟਰੇ ਕਰਨ ਦਾ ਮੌਕਾ ਨਹੀਂ ਮਿਲਦਾ ਸੋ ਜਦੋਂ ਥੀਏਟਰ ਦੇ ਨਾਲ ਬਹੁਤ ਸਾਰੀਆਂ ਹੋਰ ਡਾਇਮੈਂਸ਼ਨ ਸਨ ਜਿਹੜੀਆਂ ਜਿਹਨਾਂ ਨੂੰ ਮੌਕਾ ਮਿਲਿਆ ਜਿਸ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਰਾਈਟਰਸ ਜਾਂ ਅਲਾਈਡ ਜਿਹੜੇ ਸਾਡੀਆਂ ਟੀਮ ਸਨ ਜਿਹੜੇ ਕੋਸਟਿਊਮ ਦੇ ਵਿੱਚ ਕੰਮ ਕਰਨ ਵਾਲੇ ਕੋਸਟਿਊਮ ਦੀ ਆਪਣੀ ਇੱਕ ਸਟੋਰੀ ਹੈ ਉਹ ਕੱਪੜਿਆਂ ਦੇ ਰਾਹੀਂ ਬਿਨਾਂ ਕਿਸੇ ਬੋਲ ਦੇ ਉਹ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੁੰਦਾ ਹੈ ਆਵਾਜ਼ ਦੇ ਮਾਧਿਅਮ ਦੇ ਰਾਹੀਂ ਅਸੀਂ ਬਹੁਤ ਕੁਛ ਪੋਰਟਰੇ ਕਰ ਰਹੇ ਹੁੰਦੇ ਸੋ ਇਸ ਤਰ੍ਹਾਂ ਇਹ ਸਾਰਾ ਕੁਝ ਪ੍ਰਫੁੱਲਿਤ ਹੋਇਆ ਔਰ ਅਸੀਂ ਖੁਸ਼ਕਿਸਮਤ ਆ ਕੇ ਇਹ ਸਾਨੂੰ ਔਰ ਸਾਡੀ ਸਾਡੀ ਜਨਰੇਸ਼ਨ ਨੇ ਖਾਸ ਤੌਰ ਤੇ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਦੇਖੀਆਂ ਅਸੀਂ ਹੁਣ ਤੱਕ ਵੀ ਦੇਖ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਅਸੀਂ ਹਾਲੇ ਵੀ ਅੱਗੇ ਬਹੁਤ ਕੁਝ ਦੇਖਣਾ ਜਿਹੜੀ ਨਵੀਂ ਜਨਰੇਸ਼ਨ ਹੁਣ ਪਿਛਲੇ 5-10 ਸਾਲ ਚ ਪੈਦਾ ਹੋਈ ਹੈ ਉਹਨੇ ਉਹ ਚੀਜ਼ਾਂ ਨਹੀਂ ਦੇਖੀਆਂ ਅਸੀਂ ਉਹ ਖੁੰਡ ਚਰ ਸੁਣੀ ਹੈ ਖਿੱਦੋ ਖੁੰਡੀ ਵੀ ਖੇਡੀ ਹੈ ਪਤਾ ਨੀ ਸ਼ਾਇਦ ਤੁਹਾਨੂੰ ਵੀ ਇਸ ਗੱਲ ਦੇ ਨਾਲ ਦੇਖੋ ਕਲਚਰ ਹੈ ਨਾ ਐਂਟਰਟੇਨ ਸਾਡੀ ਸਾਡਾ ਵਿਰਸਾ ਆ ਸਾਡਾ ਜਿਹੜਾ ਕਹਿ ਸਕਦੇ ਹਾਂ ਜਿਹੜੇ ਸਾਡੇ ਪਿੰਡਾਂ ਦੇ ਖੇਡਾਂ ਆ ਉਹ ਹਮੇਸ਼ਾ ਭਾਵੇਂ ਕਬੱਡੀ ਹੋਵੇ ਜਾਂ ਜਿਹੜੀ ਵੀ ਗੇਮ ਹੋਵੇ ਉਹ ਹਮੇਸ਼ਾ ਆਈ ਵੁੱਡ ਸੇ ਜਨਰੇਸ਼ਨ ਬਾਈ ਜਨਰੇਸ਼ਨ ਸਾਨੂੰ ਐਜ਼ ਅ ਕਲਚਰਲ ਚੀਜ਼ ਦੇਖੀ ਜਾਂਦੀ ਹੈ ਕਿ ਸਾਡੇ ਇਹ ਕਲਚਰ ਨਾਲ ਜੁੜਿਆ ਹੈ ਐਬਸੋਲਿਊਟਲੀ ਮੈਂ ਤੇ ਇਸ ਤੋਂ ਵੀ ਥੋੜੀ ਜਿਹੀ ਅੱਗੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਹੜੀਆਂ ਸਾਡੀਆਂ ਤੁਸੀਂ ਗੱਲ ਕੀਤੀ ਕਬੱਡੀ ਦੀ ਜਾਂ ਜਿਹੜੀਆਂ ਸਾਡੀਆਂ ਖੇਡਾਂ ਸਨ
ਜਿਨ੍ਹਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਲੋਕ ਇਕੱਠੇ ਹੋ ਕੇ ਖੇਡਦੇ ਸਨ। ਬਿਲਕੁਲ ਬਿਲਕੁਲ। ਉਹਦੇ ਚ ਜਦੋਂ ਵੀ ਕੋਈ ਉਸ ਤਰ੍ਹਾਂ ਦੀ ਗੇਮ ਖੇਡੀ ਜਾਂਦੀ ਸੀ ਉਹ ਮਜ਼ਹਬ ਤੋਂ ਉੱਪਰ ਚਲੇ ਜਾਂਦੇ ਸੀ, ਇਰਰਿਸਪੈਕਟ ਉਹਦੇ ਨਾਲ ਪਿਆਰ ਵੱਧਦਾ ਸੀ। ਵਾਹ, ਮਤਲਬ ਖੇਡਾਂ ਦੇ ਪਿੱਛੇ ਵੀ ਇੱਕ ਕਿੰਨੀ ਖੂਬਸੂਰਤ ਫਿਲਾਸਫੀ ਜੁੜੀ ਸੀ ਕਿ ਜੇ ਤੁਸੀਂ ਕਬੱਡੀ ਦੀ ਗੱਲ ਕਰ ਰਹੇ ਹੋ, ਜੇ 8 ਬੰਦੇ ਇੱਕ ਟੀਮ ਚ ਨੇ ਤੇ 8 ਬੰਦੇ ਦੂਜੀ ਟੀਮ ਚ ਨੇ, ਉਹ ਗਾਮਾ ਭਲਵਾਨ ਕੌਣ ਹੈ, ਉਹ ਮੁਸਲਮਾਨ ਹੈ ਕਿ ਹਿੰਦੂ ਹੈ, ਇਹ ਨਹੀਂ ਕਿਸੇ ਨੂੰ ਪਤਾ। ਤੇ ਉਹ ਦੂਸਰੇ ਪਾਸੇ ਨੀਲੇ ਕੱਛੇ ਚ ਕੌਣ ਹੈ, ਇਹ ਵੀ ਕਿਸੇ ਨੂੰ ਪਤਾ। ਲੇਕਿਨ ਜਦੋਂ ਉਹ ਖੇਡ ਰਹੇ ਨੇ ਉਦੋਂ ਸਿਰਫ ਉਹ ਖਿਡਾਰੀ ਨੇ, ਔਰ ਜਦੋਂ ਖਿਡਾਰੀ ਦੂਜੇ ਨਾਲ ਖੇਡਦਾ ਤੇ ਉਹ ਸਿਰਫ ਪਿਆਰ ਦੀ ਗੱਲ ਕਰਦਾ। ਅਨੇ ਜਨਰਲੀ ਜਿੱਦਾਂ ਹੁਣ ਪਿੰਡਾਂ ਦੇ ਵਿੱਚ, ਜੋ ਮਾਹੌਲ ਵੀ ਹੁੰਦਾ ਸੀ ਜੇ ਗੱਲ ਕਰੀਏ, ਕਿਉਂਕਿ ਅੱਜ ਦਾ ਦੌਰ ਤਾਂ ਏਦਾਂ ਹੈ ਕਿ ਪਿੰਡਾਂ ਦੇ ਮੁੰਡੇ ਸਾਰੇ ਹੁਣ ਬਾਹਰ ਨੂੰ ਚਲ ਗਏ, ਹਨਾ, ਪਿੰਡਾਂ ਚ ਜ਼ਿਆਦਾ ਬਜ਼ੁਰਗ ਰਹਿ ਗਏ ਆ। ਪਰ ਜੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਹੁੰਦਾ ਸੀ ਕਿ ਪੂਰਾ ਪਿੰਡ ਹੀ ਜੁੜਿਆ ਹੁੰਦਾ ਸੀ, ਜਦੋਂ ਵੀ ਕੋਈ ਕਬੱਡੀ ਦੀ ਗੇਮ ਵੀ ਹੋਣੀ ਜਾਂ ਕੋਈ ਵੀ ਭਾਵੇਂ ਖਾਲਾ ਵੀ ਲੱਗਣਾ ਕਿਸੇ ਆਰਟਿਸਟ ਦਾ, ਪੂਰਾ ਪਿੰਡ ਉੱਥੇ ਆਇਆ ਹੁੰਦਾ ਸੀਗਾ। ਉਹ ਵੀ ਇੱਕ ਅਲੱਗ ਕਿਸਮ ਦਾ ਨਜ਼ਾਰਾ ਸੀ। ਜੀ ਬਿਲਕੁਲ। ਸੋ ਇਹ ਜਿਹੜੀ ਸਾਡੀ ਮੁਹੱਬਤ ਚ ਵੀ ਕਮੀ ਆਈ ਨਾ, ਮੈਂ ਸਮਝਦਾ ਕਿ ਜਿਹੜੀ ਸਾਡੀ ਰੇਸ ਸ਼ੁਰੂ ਹੋਈ ਉਹਨਾਂ ਰੇਸ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਵੀ ਪਰੇ ਹੋ ਗਏ, ਔਰ ਪ੍ਰੋਬੇਬਲੀ ਅਸੀਂ ਹੁਣ ਦੇ ਗਲੂਡ ਹੋ ਗਏ ਆ ਮੋਬਾਈਲ ਦੇ ਨਾਲ ਜਾਂ ਲੈਪਟਾਪ ਦੇ ਨਾਲ, ਇਕੱਲੇ ਇਕੱਲੇ ਹੋ ਗਏ ਇੱਕ ਘਰ ਦੇ ਵਿੱਚ। ਜੇ ਨਿਊਕਲੀਅਸ ਫੈਮਿਲੀ 'ਚ 4 ਬੰਦੇ ਵੀ ਨੇ ਤੇ ਸ਼ਾਇਦ 4 ਅਲੱਗ ਅਲੱਗ ਹੀ ਇਨਸਾਨ ਰਹਿ ਗਏ ਨੇ, ਉਹ ਇਕੱਠੇ ਕਿਹੜੇ ਵੇਲੇ ਹੁੰਦੇ ਨੇ, ਸ਼ਾਇਦ ਇਹ ਵੀ ਇੱਕ ਬੜਾ ਵੱਡਾ ਸਾਡੇ ਸਾਰਿਆਂ ਲਈ ਕੁਐਸਚਨ ਮਾਰਕ ਬਣ ਗਿਆ ਸੀ। ਮੁਹੱਬਤ ਘਟਣੀ ਸ਼ੁਰੂ ਹੋਈ ਇਸ ਤਰ੍ਹਾਂ ਹੀ। ਜਦੋਂ ਹੁਣ ਇਹ ਦੁਬਾਰਾ ਇੱਕ ਵਾਰ ਇਹ ਆਪਣੇ ਆਪ ਨੂੰ ਮਿਲਣ ਦਾ ਮੌਕਾ ਮਿਲਿਆ ਇਸ ਕੋਵਿਡ ਦੇ ਵਿੱਚ, ਤਾਂ ਸ਼ਾਇਦ ਇਹ ਹੁਣ ਖੇਡਾਂ ਵੀ ਦੁਬਾਰਾ ਮੈਂ ਸਮਝਦਾ ਕਿ ਜ਼ਿਆਦਾ ਵੱਡੇ ਪੱਧਰ ਤੇ ਸ਼ੁਰੂ ਹੋਣਗੀਆਂ, ਔਰ ਜਿਹੜੀਆਂ ਵੀ ਚੀਜ਼ਾਂ ਮਿਲ ਕੇ ਹੋਣ ਵਾਲੀਆਂ ਨੇ, ਕਿਉਂਕਿ ਲੋਕਾਂ ਨੇ ਇਕੱਲਿਆਂ ਰਹਿ ਕੇ ਹੁਣ ਮਹਿਸੂਸ ਕੀਤਾ ਵੀ ਇਕੱਲਿਆਂ ਜ਼ਿੰਦਗੀ ਕੋਈ ਨਹੀਂ। ਤੁਸੀਂ ਕਿਸੇ ਨੂੰ ਦੇਖ ਨਹੀਂ ਸਕਦੇ, ਕਿਸੇ ਨੂੰ ਰੋਟੀ ਵੀ ਕਿਸੇ ਨਾਲ ਨਹੀਂ ਬੈਠ ਕੇ ਸ਼ੇਅਰ ਕਰ ਸਕਦੇ। ਹੁਣ ਆਪਣੀ ਜ਼ਿੰਦਗੀ ਦਾ ਜਿਹੜਾ ਵਕਤ ਹੈ ਉਹਦਾ ਮਹਿਸੂਸ ਹੋਣਾ ਸ਼ੁਰੂ ਲੋਕਾਂ ਨੂੰ, ਐਂਡ ਆਈ ਪ੍ਰੇ ਕਿ ਇਸ ਗੱਲ ਨੂੰ ਲੋਕ ਮੇਨਟੇਨ ਕਰ ਸਕਣ, ਦੁਬਾਰਾ ਫਿਰ ਉਸ ਰੇਸ ਚ ਨਾ ਲੱਗ ਜਾਣ ਜਿਹੜੀ ਰੇਸ ਦੇ ਵਿੱਚ ਅਸੀਂ ਫਸੇ ਰਹੇ। ਵਾਹ ਜੀ ਵਾਹ, ਕਿਆ ਬਾਤ ਹੈ। ਬਿਲਕੁਲ ਜੀ ਬਿਲਕੁਲ। ਮੈਂ ਵੈਸੇ ਵੀ ਜ਼ਿਕਰ ਕਰਨਾ ਸੀ ਡਾਕਟਰ ਸਾਹਿਬ, ਜਿੱਦਾਂ ਹੁਣ ਖੇਡ ਦੀਆਂ ਗੱਲਾਂ ਚੱਲ ਰਹੀਆਂ, ਕਿਉਂ ਨਾ ਕੋਈ ਇੱਦਾਂ ਤੁਸੀਂ ਪਲਾਨ ਬਣਾਓ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਆ ਕੇ ਖੇਡ ਕਰੋ, ਕਿਉਂਕਿ ਬਾਹਰ ਦੇ ਮੁਲਕਾਂ ਦੇ ਵਿੱਚ ਕਾਫੀ ਇਸ ਚੀਜ਼ ਦੀ ਕਮੀ ਹੈ, ਖਾਸ ਕਰਕੇ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੋ, ਪੰਜਾਬੀ ਵਿਰਸਾ ਦੀ ਗੱਲ ਕਰਦੇ ਹਾਂ, ਵੈਰੀ ਲਿਮਿਟੇਸ਼ਨ ਹੈਗੀ ਆ ਬਾਹਰ ਦੇ ਮੁਲਕਾਂ ਦੇ ਵਿੱਚ ਲਾਈਵ ਖੇਡ, ਖਾਸ ਕਰਕੇ ਜੇ ਮੈਂ ਇੰਗਲੈਂਡ ਦੀ ਗੱਲ ਕਰਾਂ, ਕਿਉਂਕਿ ਇੰਗਲੈਂਡ ਦੇ ਵਿੱਚ ਜ਼ਿਆਦਾਤਰ ਤੁਸੀਂ ਜ਼ਿਆਦਾ ਇੰਗਲਿਸ਼ ਪਰਫਾਰਮੈਂਸਿਸ ਦੇਖਦੇ ਆ ਪਲੇ ਹਾਊਸਿਸ ਦੇ ਵਿੱਚ, ਥੀਏਟਰਸ ਦੇ ਵਿੱਚ, ਪੰਜਾਬੀ ਕਲਚਰ ਨਹੀਂ ਦੇਖਿਆ ਜਾਂਦਾ ਕਿਤੇ ਵੀ। ਇੱਥੇ ਮੇ ਬੀ ਕੁਛ ਏਦਾਂ ਪਲਾਨ ਕਰੋ ਕਿ ਤੁਸੀਂ ਵਿਦੇਸ਼ਾਂ 'ਚ ਵੀ ਕੋਈ ਆਪਣੇ ਸਟੂਡੈਂਟਸ ਨੂੰ ਇੱਥੇ ਲੈ ਕੇ ਆਓ, ਥੀਏਟਰ ਕੋਈ ਕਰੋ, ਬੜਾ ਇੰਟਰਸਟਿੰਗ ਹੋਏਗਾ। ਡੈਫੀਨੇਟਲੀ, ਜਿਸ ਤਰ੍ਹਾਂ ਹੀ ਕੋਵਿਡ ਦੀਆਂ ਕੁਝ ਰੈਗੂਲੇਸ਼ਨਸ ਈਜ਼ ਆਊਟ ਹੁੰਦੀਆਂ ਨੇ ਤੇ ਪਲਾਨ, ਔਰ ਅਸੀਂ ਇਹ ਪਲੇ ਜਦੋਂ ਹੁਣ ਰੀਸੈਂਟਲੀ 2019 ਚ ਅਸੀਂ ਕੈਨੇਡਾ ਕਰਕੇ ਆਏ, ਆਸਟ੍ਰੇਲੀਆ ਕਰਕੇ ਆਏ, ਤੇ ਮੈਂ ਗੱਲ ਕਰ ਰਿਹਾ ਸੀ ਨਾ ਜਿਵੇਂ ਸਾਡਾ ਪੰਜਾਬੀ ਡਾਇਸਪੋਰਾ ਹੈ, ਉਸ ਡਾਇਸਪੋਰਾ ਨੇ ਇੰਨਾ ਐਪਰੀਸ਼ੀਏਟ ਕੀਤਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਨੇੜਿਓਂ ਵੀ ਹੋ ਕੇ ਨਹੀਂ ਲੰਘੀਆਂ ਪੂਰੀ ਜ਼ਿੰਦਗੀ ਦੇ ਵਿੱਚ, ਤੇ ਜਦੋਂ ਉਹਨਾਂ ਨੂੰ ਆਪਣੇ ਨਾਲ ਆਪਣੇ ਹੈਰੀਟੇਜ ਦੇ ਨਾਲ ਆਪਣੀਆਂ ਅਦਬ ਜਿਹੜੀਆਂ ਲਿਟਰੇਚਰ ਜਿਹੜਾ ਉਹਨਾਂ ਦੇ ਕੋਲੋਂ ਗੁਆਚ ਗਿਆ, ਜਦੋਂ ਉਹ ਵਾਪਸ ਉਹਨੂੰ ਵੇਖਦੇ ਸਨ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੀ ਅਸਲ ਪਹਿਚਾਣ ਤੇ ਇਹ ਲਿਟਰੇਚਰ ਸੀ, ਜਾਂ ਸਾਡੀ ਅਸਲ ਪਹਿਚਾਣ ਤੇ ਸਾਡੀਆਂ ਇਹ ਰਵਾਇਤਾਂ ਸਨ, ਜਾਂ ਸਾਡੀ ਅਸਲ ਪਹਿਚਾਣ ਤੇ ਸੀ ਜਿਹੜਾ ਸਾਡੇ ਕੋਲੋਂ ਸਾਡੇ ਜਿਹੜਾ ਇੱਕ ਰੇਸ ਸੀ ਉਹਨੇ ਖੋਹ ਲਿਆ। ਜਦੋਂ ਅਸੀਂ ਇਹਨਾਂ ਮੁਲਕਾਂ 'ਚ ਕੀਤਾ ਤੇ ਸਾਨੂੰ ਇੰਡੀਆ ਨਾਲੋਂ ਵੀ ਜ਼ਿਆਦਾ ਹੁੰਗਾਰਾ ਉੱਥੇ ਮਿਲਿਆ, ਮੈਂ ਇੰਡੀਆ 'ਚ ਸਾਨੂੰ ਬਹੁਤ ਹੁੰਗਾਰਾ ਮਿਲਿਆ, ਪਰ ਸਾਨੂੰ ਉੱਥੇ ਜਾ ਕੇ ਜ਼ਿਆਦਾ ਹੁੰਗਾਰਾ ਜਦੋਂ ਪੰਜਾਬੀ ਰੋ ਪੈਂਦੇ ਸਨ। ਉਹ ਭਾਵੇਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਜਦੋਂ ਤੁਸੀਂ ਹਿੰਦੁਸਤਾਨ ਪਾਕਿਸਤਾਨ ਤੋਂ ਬਾਹਰ ਜਾਂਦੇ ਹੋ ਤੇ ਪੰਜਾਬੀ ਪੰਜਾਬੀ ਉਹ ਫਿਰ ਬਿਲਕੁਲ ਬਿਲਕੁਲ ਚੜ੍ਹਦੇ ਤੇ ਲਹਿੰਦੇ ਦਾ ਨਹੀਂ ਹੈ, ਪਰ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹਾਂ। ਮੈਂ ਸਮਝਦਾ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ, ਆਪਣੇ ਅਦਬ ਦੇ ਨਾਲ, ਆਪਣੇ ਅਦੀਬ ਜਿਹੜੇ ਸਾਡੇ ਰਾਈਟਰਸ ਨੇ, ਅਸੀਂ ਉਹਨਾਂ ਦੇ ਨਾਲ ਕੋਈ ਬਹੁਤ ਵੱਡਾ
ਚੰਗਾ ਕੰਮ ਨਹੀਂ ਕੀਤਾ ਸੀ, ਉਹਨਾਂ ਨੂੰ ਭੁਲਾਇਆ, ਵਿਸਾਰਿਆ, ਤੇ ਉਹ ਵਿਸਾਰ ਦੇਖ ਲਿਆ ਕਿ ਅਸੀਂ ਟੁੱਟ ਗਏ ਆਪਣੇ ਆਪ ਤੋਂ, ਆਪਣੇ ਰੂਟਸ ਤੋਂ ਟੁੱਟ ਗਏ, ਆਪਣੀਆਂ ਜੜ੍ਹਾਂ ਤੋਂ। ਇੱਕ ਪੌਦਾ ਜਦੋਂ ਜੜ੍ਹਾਂ ਤੋਂ ਹਿੱਲ ਜਾਂਦਾ, ਜੜ੍ਹਾਂ ਤੋਂ ਕੱਟਿਆ ਜਾਂਦਾ, ਤਾਂ ਉਹ ਬਹੁਤ ਲੰਬਾ ਸਮਾਂ ਨਹੀਂ ਕੱਢ ਸਕਦਾ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨੂੰ ਸਿੰਚਾਈ ਕਰੀਏ, ਉਹਨੂੰ ਪਾਣੀ ਦਈਏ, ਉਹਨੂੰ ਉਹਨੂੰ ਫੂਡ ਦਈਏ, ਤਾਂ ਕਿ ਉਹ ਪੌਦਾ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹੇ ਤੇ ਹਰਿਆ ਭਰਿਆ ਰਹੇ। ਸੋ ਇੱਕ ਮੈਂ ਨਜ਼ਮ ਪੰਜਾਬੀ ਦੀ ਜ਼ੁਬਾਨ ਵਾਸਤੇ ਆਪਣੀ ਬੇਟੀ ਨੂੰ ਪੰਜਾਬੀ ਜ਼ੁਬਾਨ ਦੇ ਨਾਲ ਜੋੜਨ ਦੀ ਮੇਰੀ ਕੋਸ਼ਿਸ਼ ਹੈਗੀ ਕਿ ਪੰਜਾਬੀ ਜ਼ੁਬਾਨ, ਪੰਜਾਬੀ ਵਿਰਾਸਤ, ਪੰਜਾਬੀ ਸਾਡਾ ਜਿਹੜਾ ਸੱਭਿਆਚਾਰ ਹੈ। ਹਾਂਜੀ ਹਾਂਜੀ, ਮੈਂ ਇੱਕ ਛੋਟੀ ਜਿਹੀ ਨਜ਼ਮ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਜਰੂਰ ਜੀ, ਆਉਣ ਦਿਓ ਜੀ, ਮੈਂ ਇੰਤਜ਼ਾਰ ਕਰਦਾ। ਕੋਈ ਹੋਰ ਨਜ਼ਮ ਸੁਣਾਓ ਸਾਨੂੰ, ਮਾਹੌਲ ਬਣਿਆ ਵਧੀਆ। ਕਿ ਹੋਈ ਧਰਤ ਜੋ ਸੱਖਣੀ, ਸੁੱਕੇ ਮੇਰੇ ਆਪ, ਪੰਜ ਪੰਜ ਆਪ ਪੰਜ 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 ਦਰਿਆਵਾਂ ਦੀ ਧਰਤੀ, ਕਿ ਹੋਈ ਜੋ ਸੱਖਣੀ ਤੇ ਸੁੱਕੇ ਮੇਰੇ ਆਪ, ਕਦੇ ਚੜ੍ਹਦੇ ਲਹਿੰਦੇ ਇੱਕ ਸੀ ਤੇ ਕਦੇ ਇੱਕ ਸੀ ਇਹ ਪੰਜਾਬ। ਮਾਰ ਕੁਹਾੜੀ ਵੱਢਿਆ ਜਿੱਥੇ ਤੁਸੀਂ ਇਸ ਵੇਲੇ ਜਿਹੜੀ ਧਰਤੀ ਤੇ ਬੈਠੇ ਹੋ ਅੰਗਰੇਜ਼ਾਂ ਦੀ, ਇਹ ਮਾਰ ਵੱਢਿਆ ਤੇ ਸਾਨੂੰ ਕੀਤਾ ਲੀਰੋ ਲੀਰ, ਤੇ ਸੱਤ ਸਭ ਕੁਝ ਖੋ ਲਿਆ, ਇੱਕ ਦੇ ਕੇ ਮਿੱਠੀ ਖੀਰ, ਇੱਕ ਬੋਲੀ ਜੋ ਆਪਣੀ ਤੇ ਉਹਦੇ ਪੰਜ ਸੀ ਰੂਪ, ਇੱਕ ਬੋਲੀ ਸੀ ਜੋ ਆਪਣੀ ਤੇ ਉਹਦੇ ਪੰਜ ਸੀ ਰੂਪ, ਦੁਆਬ ਮਾਲਵਾ ਝੰਗ ਸੀ ਤੇ ਪਹਾੜ ਮਾਝੇ ਦੀ ਹੂਕ, ਹੌਲੀ ਹੌਲੀ ਪਿੰਡ ਗਏ, ਅੱਜ ਸਾਥੋਂ ਸਾਡੇ ਪਿੰਡ ਗਏ, ਉਹ ਗਈ ਪੰਜਾਲੀ ਧਰਤੀ, ਜਿੰਨੇ ਵਾਹਣੇ ਸੀ ਵਿਰਸੇ ਦੇ ਖੇਤ, ਮਾਂ ਬੋਲੀ ਸਾਡੀ ਡੁੱਬ ਗਈ ਤੇ ਅਸੀਂ ਨੰਗੇ ਹੋ ਗਏ ਅਲਫ ਤੋਂ, ਤੇ ਲੈ ਗਏ ਸਾਡੇ ਖੇਸ, ਇੱਥੇ ਪਾੜ ਮਜ਼ਹਬ ਦਾ ਸਾਨੂੰ ਕੀਤਾ ਲਹੂ ਲੁਹਾਨ, 47 ਇੱਥੇ ਪਾ ਦੁਫਾੜ ਮਜ਼ਹਬ ਦਾ ਤੇ ਸਾਨੂੰ ਕੀਤਾ ਲਹੂ ਲੁਹਾਨ, ਅਸੀਂ ਆਪਣ ਹੱਥੀ ਭੰਨੀ ਅੱਜ ਆਪਣੇ ਘਰ ਦੀ ਸ਼ਾਨ, ਅਸੀਂ ਭੁੱਲ ਗਏ ਖੁੱਲਾ ਵਾਰਸਾ, ਬਾਹੂ ਮੋਹਨ ਤੇ ਵੀਰ, ਵੀਰ ਸਿੰਘ ਭਾਈ ਵੀਰ ਸਿੰਘ, ਅਸੀਂ ਭੁੱਲ ਗਏ ਬੁੱਲਾ ਵਾਰਸਾ, ਬਾਹੂ ਮੋਹਨ ਤੇ ਵੀਰ, ਮਾਂ ਬੋਲੀ ਸਾਥੋਂ ਖੋ ਲਈ, ਇੱਕ ਦੇ ਕੇ ਮਿੱਠੀ ਖੀਰ, ਅੱਜ ਗੈਰਤ ਸਾਡੀ ਮੁੱਕ ਗਈ ਤੇ ਮੁੱਕ ਗਈ ਸ਼ਾਹੀ ਰੱਗ, ਅੱਜ ਸਭੇ ਹੋਏ ਵੇਸਲੇ ਸਭ ਧਰਮਾਂ ਵਾਲੇ ਠੱਗ, ਕਦੇ ਚੜਿਆ ਸੂਰਜ ਵੇਖਣਾ ਤੇ ਕਦੇ ਤੱਕਣਾ ਸੁਖਣ ਪੰਜਾਬ, ਉਹ ਅੱਜ ਬੋਲੀ ਲਹਿੰਦੇ ਰਹਿ ਗਈ ਤੇ ਮੁੱਕ ਗਏ ਚੜੇ ਦਿਆ ਸਾਡੇ, ਤੇ ਅਸੀਂ ਨਸ਼ਿਆਂ ਚ ਡੁਬਾ ਲਿਆ ਆਪਣੇ ਆਪ ਨੂੰ, ਸਾਡੇ ਆਪ ਨਸ਼ਿਆਂ ਦੇ ਬਣ ਗਏ, ਪਾਣੀਆਂ ਦੇ ਮੁੱਕ। ਕਿਆ ਬਾਤ ਹੈ, ਵੈਸੇ ਡਾਕਟਰ ਸਾਹਿਬ ਜੋ ਇਹ ਲਿਖਿਆ ਨਾ, ਇਹ ਬਿਲਕੁਲ ਸੱਚਾਈ ਹੈ, ਇਹ ਚ ਕੋਈ ਇਹ ਚ ਲੁਕਾ ਨਹੀਂ ਹੈ, ਪੂਰੀ ਟਰਾਂਸਪੈਰੈਂਸੀ ਨਾਲ ਲਿਖਿਆ ਹੈ, ਕਿਉਂਕਿ ਵਾਕਈ ਆਹੀ ਕੰਮ ਹੋ ਚੁੱਕਾ ਹੈ। ਕਿਉਂਕਿ ਇਹਦੇ ਨਾਲ ਮੈਂ ਐਡੀਸ਼ਨ ਐਡ ਕਰਾਂ, ਕਿਉਂਕਿ ਕੁਛ ਮਹੀਨੇ ਦੀ ਗੱਲ ਹੈ, ਇੱਕ ਬੜੇ ਕਮਾਲ ਦੇ ਜਰਨਲਿਸਟ ਨੇ ਪੰਜਾਬ ਚ, ਤੇ ਉਹ ਉਹਨਾਂ ਦੀ ਆਦਤ ਹੈ ਕਿ ਉਹ ਯੂਥ ਨੂੰ ਸਵਾਲ ਕਰਦੇ ਆ, ਕਦੀ ਸ਼ੋਪਿੰਗ ਮਾਲ ਚ ਜਾਂਦੇ ਆ, ਕਦੀ ਸਟਰੀਟ ਤੇ ਪੁੱਛਦੇ ਆ, ਜਿੱਥੇ ਉਹ ਆਪਣੀ ਜਰਨਲਿਜ਼ਮ ਸ਼ੁਰੂ ਕਰਦੇ ਆ, ਪੁੱਛਦੇ ਇੱਕ ਮੇਰੇ ਖਿਆਲ ਹੋਣਾ ਤਕਰੀਬਨ ਮੇਰੇ ਖਿਆਲ 19-20 ਸਾਲਾਂ ਦਾ ਹੋਣਾ ਨੌਜਵਾਨ, ਤੇ ਉਹਨੂੰ ਪੁੱਛਿਆ ਕਿ ਯਾਰ ਕਿਹੜੇ ਸਕੂਲ ਚ ਪੜ੍ਹਦਾ, ਉਹਨੇ ਦੱਸਿਆ ਸਕੂਲ ਦਾ ਨਾਂ, ਉਹਨੂੰ ਪੁੱਛਿਆ ਕਿ ਯਾਰ ਤੈਨੂੰ ਪਤਾ ਹਰੀ ਸਿੰਘ ਨਲੂਆ ਦਾ ਕੌਣ ਸੀ, ਤੇ ਉਹ ਸੋਚੀ ਪੈ ਗਿਆ, ਕਹਿੰਦਾ ਪਤਾ ਨੀ, ਕਹਿੰਦੇ ਮਹਾਰਾਜਾ ਦਲੀਪ ਸਿੰਘ ਕੌਣ ਸੀ, ਤਾਂ ਵੀ ਉਹ ਸੋਚੀ ਪੈ ਗਿਆ ਪਤਾ ਨੀ, ਕਹਿੰਦਾ ਅੱਜ ਕੱਲ ਆਰਟਿਸਟ ਕਿਹੜਾ ਪੰਜਾਬੀ ਗਾਇਕ ਜ਼ਿਆਦਾ ਚੱਲ ਰਿਹਾ ਇੰਡਸਟਰੀ ਵਿੱਚ, ਕਹਿੰਦਾ ਕਰਨ ਔਜਲਾ, ਕਹਿੰਦਾ ਕਰਨ ਔਜਲੇ ਦੇ ਕਿੰਨੇ ਗੀਤ ਸਾਨੂੰ ਯਾਦ ਆ, ਕਹਿੰਦਾ ਤਕਰੀਬਨ ਸਾਰੇ ਯਾਦ ਆ, ਤੇ ਦੂਸਰੇ ਨੂੰ ਪੁੱਛਿਆ ਸਵਾਲ, ਕਹਿੰਦੇ ਸਾਹਿਬਜ਼ਾਦੇ ਦੀ ਸ਼ਹੀਦੀ ਕਿੱਥੇ ਹੋਈ ਸੀਗੀ, ਉਹ ਵੀ ਸੋਚੀ ਪੈ ਗਿਆ, ਉਹਨੂੰ ਵੀ ਨੀ ਪਤਾ, ਤੇ ਕਹਿੰਦਾ ਮੈਨੂੰ ਚਾਰ ਸਾਹਿਬਜ਼ਾਦੇ ਫਿਲਮ ਦਾ ਪਤਾ, ਮੈਨੂੰ ਮੂਵੀ ਦਾ, ਤੇ ਕਹਿੰਦਾ ਉਹ ਮੂਵੀ ਨੇ ਡਾਇਰੈਕਟ ਕਿ ਨਹੀਂ ਕੀਤੀ ਸੀ, ਕਹਿੰਦਾ ਹਰਮਨ ਬਾਜਵਾ, ਸੋ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਉਹਨਾਂ ਨੂੰ ਹਿਸਟੋਰੀਕਲੀ ਨੀ ਪਤਾ ਕਿ ਇਹ ਸ਼ਖਸੀਅਤਾਂ ਕੌਣ ਸੀਗੀਆਂ, ਕਿਹੜੀਆਂ ਇਹ ਲੋਕ ਰੂਹਾਂ ਸੀਗੀਆਂ ਜਿਹਨਾਂ ਦੀ ਬਦੌਲਤ ਸਾਡੀ ਹਿਸਟਰੀ ਇਤਨੀ ਗੋਲਡਨ ਆ, ਭਾਵੇਂ ਉਹ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀ ਹਿਸਟਰੀ ਅਸੀਂ ਦੇਖੀ ਹੈ, ਦ ਲਾਸਟ ਪ੍ਰਿੰਸ ਪੰਜਾਬ ਦੇ,
ਇੰਨੀ ਗੋਲਡਨ ਹਿਸਟਰੀ ਤੇ ਅੱਜ ਦੀ ਜਨਰੇਸ਼ਨ ਨੂੰ ਇਹ ਵੀ ਨਹੀਂ ਪਤਾ, ਤੇ ਮੈਂ ਬੜਾ ਹੈਰਾਨ ਹੁੰਦਾ ਹੈ ਕਿ ਸਕੂਲਾਂ ਦੇ ਵਿੱਚ ਕੀ ਹੋ ਰਿਹਾ ਪੰਜਾਬ 'ਚ, ਕਿਉਂ ਹੈ ਕਿ ਯੂਥ ਨੂੰ ਇੰਨੀ ਇਨਫੋਰਮੇਸ਼ਨ ਪਤਾ ਨਹੀਂ ਜਿੰਨੀ ਇਨਫੋਰਮੇਸ਼ਨ ਉਹਨਾਂ ਨੂੰ ਅੱਜ ਕੱਲ੍ਹ ਦੇ ਪੰਜਾਬੀ ਸਿੰਗਰਾਂ ਦਾ ਉਹਨਾਂ ਨੂੰ ਪਤਾ ਹੈ। ਬੜਾ ਸਟ੍ਰੇਂਜ ਹੈ ਸਿਸਟਮ ਹੋ ਗਿਆ। ਇਹਦਾ ਇਹਦਾ ਅਨਫੋਰਚੁਨੇਟਲੀ ਇਹਦੇ ਕਸੂਰਵਾਰ ਅਸੀਂ ਸਾਰੇ ਹਾਂ। ਮੈਂ ਆਪਣੇ ਆਪ ਨਾਲ ਸ਼ਾਮਿਲ ਕਰਕੇ ਇੰਨੀ ਗੱਲ ਕਹਿੰਦਾ ਕਿ ਇਹਦੇ ਕਸੂਰਵਾਰ ਅਸੀਂ ਸਾਰੇ ਹਾਂ। ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਦਾਦੀਆਂ ਦੇ ਕੋਲੋਂ ਸਾਨੂੰ ਨਾਨੀਆਂ ਦਾਦੀਆਂ ਕੋਲੋਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਸਨ, ਉਹਨਾਂ ਕਹਾਣੀਆਂ ਦੇ ਵਿੱਚ ਕਦੀ ਸਿੱਖ ਧਰਮ ਝਲਕਦਾ ਸੀ, ਕਦੀ ਸਾਡੇ ਵਿਰਸੇ ਦੀ ਕੋਈ ਗੱਲ ਝਲਕਦੀ ਸੀ, ਕਦੀ ਕਿਸੇ ਊਸ਼ਾ ਨਫੀਸਾ ਬੇਬੀ ਗੀਤਾ ਦੀ ਗੱਲ ਝਲਕਦੀ ਸੀ, ਕਦੀ ਸਾਡੇ ਹੈਰੀਟੇਜ ਨੂੰ ਲੈ ਕੇ ਕੋਈ ਗੱਲ ਝਲਕਦੀ ਸੀ, ਕਦੀ ਜਾਲੀਆਂ ਦੇ ਵਿੱਚ ਜਿਹੜਾ ਦੁੱਧ ਰੱਖਿਆ ਹੁੰਦਾ ਸੀ ਉਸ ਦੁੱਧ ਰਿੜਕੇ ਦੀ ਗੱਲ ਝਲਕਦੀ ਸੀ। ਕਿਤੇ ਨਾ ਕਿਤੇ ਅਸੀਂ ਦੂਸਰੇ ਨਾਲ ਜੁੜੇ ਰਹਿੰਦੇ ਸੀ। ਸਾਡੇ ਟੀਚਰਸ ਵੀ ਇਸ ਵੇਲੇ ਬਦਕਿਸਮਤੀ ਇਹ ਰਹੀ ਕਿ ਇੱਕ ਸੈਗਮੈਂਟ ਸੀ ਜਿਹੜੀ ਟੀਚਿੰਗ ਦੀ ਉਹ ਸਾਡੇ ਕੋਲੋਂ ਗੁਆਚ ਗਈ। ਕਰੀਕੁਲਮ ਜਿਹੜੇ ਬੋਰਡਸ ਨੇ ਬਣਾਉਣੇ ਸ਼ੁਰੂ ਕੀਤੇ, ਚਾਹੇ ਉਹ ਇੰਟਰਨੈਸ਼ਨਲ ਬੋਰਡ ਸੀ, ਚਾਹੇ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਬੋਰਡ ਸਨ ਜਾਂ ਇੱਕ ਜਿਹੜਾ ਸੈਂਟਰਲਾਈਜ਼ ਬੋਰਡ ਹੈ, ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਇੰਨਾ ਇਗਨੋਰ ਕਰ ਦਿੱਤਾ, ਕਮਰਸ਼ੀਅਲਿਜ਼ਮ ਨੂੰ ਇੰਨਾ ਅੱਗੇ ਲਿਆ ਕੇ ਲਿਆਂਦਾ ਕਿ ਜੋ ਕੁਛ ਸਾਡੇ ਵਿਰਾਸਤ ਦਾ ਜੋ ਸਾਡੇ ਤਵਾਰੀਖ ਦਾ ਹਿਸਟਰੀ ਦਾ ਸੀ ਹਿੱਸਾ ਉਹ ਸ਼ਾਇਦ ਸਾਡੇ ਕੋਲ। ਮੈਨੂੰ ਇਹ ਯਾਦ ਹੈ ਕਿ ਸਾਨੂੰ 10ਵੀਂ ਤੱਕ ਸਿੱਖ ਹਿਸਟਰੀ ਨਹੀਂ ਸੀ ਪੜ੍ਹਾਈ, ਸਾਨੂੰ ਯੂਰਪੀਅਨ ਹਿਸਟਰੀ ਪੜ੍ਹਾਈ ਸਾਰੀ। ਤੁਸੀਂ ਕਿਸੇ ਬੱਚੇ ਨੂੰ ਉਹਦੇ ਉਹਦੀ ਉਹਦੀ ਆਪਣੀ ਤਵਾਰੀਖ ਤੋਂ ਪਰੇ ਰੱਖੋਗੇ, ਆਪਣੀ ਹਿਸਟਰੀ ਤੋਂ ਪਰੇ ਰੱਖੋਗੇ, ਉਹ ਬੱਚਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚੇ ਨੂੰ ਕੀ ਪਾਸ ਆਨ ਕਰੇਗਾ। ਬਿਲਕੁਲ ਬਿਲਕੁਲ ਸੱਚੀ ਗੱਲ। ਟੀਚਰ ਜਿਹੜਾ ਜੇ ਉਹਨੂੰ ਆਪਣੇ ਆਪਣੀ ਹਿਸਟਰੀ ਦਾ ਪਤਾ ਵੀ ਹੈ ਤੇ ਜੇ ਕਰੀਕੁਲਮ ਦੇ ਅਕੋਰਡਿੰਗ ਉਹ ਯੂਰਪੀਅਨ ਹਿਸਟਰੀ ਪੜ੍ਹਾਉਣ ਚ ਬਿਜ਼ੀ ਹੋ ਜਾਏਗਾ ਤਾਂ ਸ਼ਾਇਦ ਉਹ ਵੀ ਕੁਝ ਦਿਨਾਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਜਾਂ ਕੁਝ ਸਾਲਾਂ ਬਾਅਦ ਉਹਦੇ ਅੰਦਰੋਂ ਵੀ ਜਿਹੜੀ ਉਹਦੀ ਆਪਣੀ ਓਰਿਜਿਨਲ ਹਿਸਟਰੀ ਹੈ ਉਹ ਖਤਮ ਹੋ ਜਾਏਗੀ। ਫਿਰ ਇਹਦੇ ਚ ਇੱਕ ਬਹੁਤ ਵੱਡਾ ਸਾਡੀਆਂ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹਕੂਮਤਾਂ ਰਹੀਆਂ ਇਹਨਾਂ ਦਾ ਇੱਕ ਅਹਿਮ ਰੋਲ ਰਿਹਾ ਹਿਸਟਰੀ ਨੂੰ ਡਿਸਟੋਰਟ ਕਰਨ ਵਾਸਤੇ। ਜੋ ਸਾਡੀ ਟਰੂ ਹਿਸਟਰੀ ਸੀ ਉਹਨੂੰ ਇਹਨਾਂ ਨੇ ਆਪਣੇ ਮੁਫਾਦ ਦੇ ਨਾਲ ਆਪਣੇ ਇੰਟਰਸਟ ਨੂੰ ਸਾਹਮਣੇ ਰੱਖ ਕੇ ਉਹਨੂੰ ਡਿਸਟੋਰਟ ਕਰਨਾ ਸ਼ੁਰੂ ਕੀਤਾ ਔਰ ਡਿਸਟੋਰਟਡ ਹਿਸਟਰੀ ਕਿਸੇ ਕਰੀਕਰਮ ਦਾ ਪਾਠ ਬਣਾ ਕੇ ਉਹਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਦੋਂ ਤੁਸੀਂ ਡਿਸਟੋਰਟਡ ਹਿਸਟਰੀ ਨੂੰ ਪੜ੍ਹੋਗੇ ਤੁਸੀਂ ਕਦੇ ਵੀ ਆਪਣੇ ਆਪਣੇ ਪਾਸਟ ਨਾਲ ਜਿੱਥੋਂ ਤੁਸੀਂ ਨਿਕਲੇ ਹੋ ਉਹਦੇ ਨਾਲ ਨਹੀਂ ਜੁੜ ਸਕੋਗੇ। ਬਿਲਕੁਲ ਬਿਲਕੁਲ ਕਿਤੇ ਮੋਡੀਫਾਈ ਕਰਤੀ ਸਾਰੀ। ਮੇਜਰ ਰੀਜ਼ਨ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਸ ਜਰਨਲਿਸਟ ਦੀ ਕਿ ਜਿਹਨੇ ਮਾਲ ਦੇ ਵਿੱਚ ਜਾ ਕੇ ਜਿਸ ਬੱਚੇ ਨੂੰ ਪੁੱਛਿਆ ਕਿ ਹਰੀ ਸਿੰਘ ਨਲੂਆ ਕੌਣ ਸੀ, ਹਰੀ ਸਿੰਘ ਨਲੂਆ ਬਹੁਤ ਪੁਰਾਣੀ ਗੱਲ ਨਹੀਂ ਹੈ, 225 ਸਾਲ ਦੀ ਗੱਲ ਹੈ, ਤੇ ਤੁਸੀਂ ਯੂਰਪੀਅਨ ਹਿਸਟਰੀ ਬਾਰੇ ਪੁੱਛੋ, ਸਿਕੰਦਰ ਬਾਰੇ ਪੁੱਛੋ ਤੇ ਸ਼ਾਇਦ ਤੁਹਾਨੂੰ ਉਹ ਡੇਟਾ ਵਾਸ ਦੱਸੇਗਾ ਕਿ ਪੋਰਸ ਕਦੋਂ ਇੱਥੇ ਸੀ, ਅਲੈਗਜ਼ੈਂਡਰ ਦਾ ਗ੍ਰੇਟ ਕਿਹੜੀ ਡੇਟ ਨੂੰ ਕਿਹੜੀ ਜਗ੍ਹਾ ਤੋਂ ਨਿਕਲ ਕੇ ਗਿਆ ਸੀ, ਕਿਉਂਕਿ ਉਹਨਾਂ ਨੂੰ ਪੜ੍ਹਾਇਆ ਗਿਆ। ਉਹਦੇ 'ਚ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ, ਹਕੂਮਤਾਂ ਨੇ, ਉਹਨਾਂ ਨੇ ਆਪਣੇ ਪਰਸਨਲ ਇੰਟਰਸਟ ਨੂੰ, ਆਪਣੀ ਹਕੂਮਤ ਨੂੰ ਕਾਇਮ ਰੱਖਣ ਵਾਸਤੇ ਇਹਨਾਂ ਤੋਂ ਜਿਹੜੀਆਂ ਉਹਨਾਂ ਦੀ ਓਰਿਜਿਨਲ। ਜੇ ਤੁਸੀਂ ਸਿੱਖ ਇਤਿਹਾਸ ਬਾਰੇ ਕਿਸੇ ਨੂੰ ਪੜ੍ਹਾਉਣਾ ਸ਼ੁਰੂ ਕਰੋ, ਜਿਹੜਾ ਸਿੱਖ ਦੇ ਅੰਦਰ ਜਜ਼ਬਾ ਜੋਸ਼ ਦਾ ਸੀ ਕਿਸੇ ਮਜ਼ਲੂਮ ਨੂੰ ਬਚਾਉਣ ਦਾ ਸੀ, ਉਹ ਕਿਉਂ ਖਤਮ ਹੋਇਆ ਜਾਂ ਕਿਉਂ ਘਟਿਆ, ਕਿਉਂਕਿ ਉਹਨੂੰ ਹਿਸਟਰੀ ਤੋਂ ਤੁਸੀਂ ਪਰੇ ਕਰ ਦਿੱਤਾ। ਬਿਲਕੁਲ ਬਿਲਕੁਲ ਉਹਦਾ ਪੂਰਾ ਜੋ ਜ਼ਮੀਰ ਹੈ, ਜੋ ਉਹਦਾ ਐਕਚੁਅਲ ਵਜੂਦ ਆ, ਜੋ ਐਕਚੁਅਲ ਆਈਡੈਂਟੀਟੀ ਆ, ਉਹ ਤੋਂ ਹੀ ਦੂਰ ਕਰਤਾ। ਐਗਜੈਕਟਲੀ, ਤੇ ਜਦੋਂ ਤੁਸੀਂ ਮੈਨੂੰ ਮੇਰੀ ਆਈਡੈਂਟੀ ਤੋਂ ਦੂਰ ਕਰੋਗੇ ਤੇ ਮੈਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਮੈਂ ਹੈ ਕੌਣ ਆ ਤੇ ਮੇਰੇ ਅੰਦਰੋਂ ਜਜ਼ਬਾ ਕਿੱਥੋਂ ਰਹਿ ਜਾਏਗਾ। ਬਿਲਕੁਲ ਬਿਲਕੁਲ ਐਬਸੋਲੂਟਲੀ। ਹਰਮਨ ਬਵੇਜਾ ਜਾਂ ਹਰਮਨ ਬਾਜਵਾ ਹੀ ਨਜ਼ਰ ਆਏਗਾ ਨਾ ਜਿਹੜਾ ਇੱਕ ਗਾਣਾ ਪ੍ਰਚਲਿਤ ਕਰਕੇ ਪੂਰੀ ਦੁਨੀਆਂ ਚ ਚਲਾ ਦੇਗਾ ਤੇ ਮੈਂ ਉਸ ਗਾਣੇ ਨੂੰ ਸੁਣਾਂਗਾ। ਉਸ ਗਾਣੇ ਦੀ ਵਿੱਚ ਹਿਸਟੋਰੀਕਲ ਇਫੈਕਟ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ, ਮੈਂ ਉਹਨੂੰ ਕਦੀ ਖਰੀਦਣ ਵਾਸਤੇ ਜਾਂ ਉਹਨੂੰ ਕੰਪੇਅਰ ਵੀ ਕਿਹਦੇ ਨਾਲ ਕਰਾਂਗਾ ਜੇ ਮੇਰੇ ਕੋਲ ਓਰਿਜਿਨਲ ਹਿਸਟਰੀ ਹੋਏਗੀ ਨਹੀਂ ਤੇ। ਬਿਲਕੁਲ ਬਿਲਕੁਲ ਸਟ੍ਰੇਟ ਫੈਕਟ ਹੈ ਇਹ, ਕਿਉਂਕਿ ਓਰਿਜਿਨਲ ਤੁਸੀਂ ਚੀਜ਼ ਤੁਸੀਂ ਦੇਖੀ ਨਹੀਂ ਅਜੇ। ਦੈਟ ਇਜ਼ ਅ ਰੀਜ਼ਨ ਦੈਟ ਆਈ ਆਲਵੇਜ਼ ਫੀਲ ਕਿ ਇਹ ਮਲੈਕੀ ਦੇ ਵਿੱਚ ਕਸੂਰਵਾਰ ਅਸੀਂ ਆ। ਰੀਜ਼ਨ ਦੈਟ ਮੈਂ ਆਪਣੇ ਬੱਚਿਆਂ ਨੂੰ ਔਰ ਆਪਣੇ ਬੱਚਿਆਂ ਦੇ ਨਾਲ ਰਾਹੀਂ ਉਹਨਾਂ ਬੱਚਿਆਂ ਨੂੰ ਜਿਹੜੇ ਮੇਰੇ ਬੱਚਿਆਂ ਦੇ ਨਾਲ ਜੁੜੇ ਹੋਏ ਨੇ ਜਾਂ ਸਮਾਜ ਦੇ ਵੱਖ ਵੱਖ ਕੋਸ਼ਿਸ਼ਾਂ ਦੇ ਵਿੱਚ ਸਾਡੀ ਰਹਿੰਦੀ ਹੈ ਕਿ ਘੱਟੋ ਘੱਟ ਅਸੀਂ ਜੋ ਸਾਡੇ ਕੋਲ ਓਰਿਜਨੈਲਿਟੀ ਦਾ ਸਾਡੇ ਕੋਲ ਬਚਿਆ ਹੈ ਅਸੀਂ ਅੱਗੇ
ਦੇ ਸਕੀਏ ਕਿ ਵੰਡ ਸਕੀਏ। ਤਾਂ ਹੀ ਮੈਂ ਗੱਲ ਕਹੀ ਜਦੋਂ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਜਦੋਂ ਕੈਨੇਡਾ ਵਿੱਚ ਜਾ ਕੇ ਜਦੋਂ ਪਰਫਾਰਮ ਕਰਦੇ ਹਾਂ, ਯੂਐਸ ਜਾ ਕੇ ਜਦੋਂ ਪਰਫਾਰਮ ਕੀਤਾ, ਤਾਂ ਉਹਨਾਂ ਨੂੰ ਇਹ ਕਦੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਐਕਚੁਅਲੀ ਅਸੀਂ ਇਹਨਾਂ ਰੂਟਸ ਦੇ ਵਿੱਚੋਂ ਨਿਕਲੇ ਹਾਂ। ਵਾਹ, ਆਹੀ ਤਾਂ ਗੱਲ ਹੈ ਨਾ। ਜਦੋਂ ਤੁਸੀਂ ਕਿਸੇ ਨੂੰ ਕਿਸੇ ਦੀ ਰੂਟ ਦੇ ਨਾਲ ਮਿਲਾਉਂਦੇ ਹੋ, ਇੱਕ ਪੌਦੇ ਨੂੰ ਉਹਦੀ ਰੂਟ ਦੇ ਨਾਲ ਜੋੜਦੇ ਹੋ, ਉਹ ਆਟੋਮੈਟਿਕਲੀ ਹਰਾ ਹੋ ਜਾਂਦਾ ਹੈ। ਤੇ ਬਿਲਕੁਲ ਉਹ ਖੁਸ਼ੀ ਉਹਨਾਂ ਦੇ ਅੱਥਰੂਆਂ ਦੇ ਵਿੱਚ ਸੀ। ਮੈਂ ਸਮਝ ਸਕਦਾ, ਮੈਂ ਮਹਿਸੂਸ ਕਰ ਸਕਦਾ ਕਿ ਜਿਹੜੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਨਿਕਲੇ, ਉਹ ਹੰਝੂ ਖੁਸ਼ੀ ਦੇ ਸਨ, ਉਹ ਹੰਝੂ ਉਹਨਾਂ ਨੂੰ ਉਹਨਾਂ ਦੀ ਆਪਣੇ ਰੂਟਸ ਦੇ ਨਾਲ ਮਿਲਣ ਦੇ ਸਨ। ਦੇਖੋ ਜੀ, ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਆਪਣੀ ਕਲਾ ਦੀ ਵਜ੍ਹਾ ਨਾਲ, ਆਪਣੇ ਜੋ ਟੈਲੈਂਟ ਹੈ ਤੁਹਾਨੂੰ, ਤੁਸੀਂ ਉਹਨਾਂ ਨਾਲ ਇੰਨੀ ਪੰਜਾਬੀਆਂ ਨੂੰ ਤੁਸੀਂ ਜੋੜ ਰਹੇ ਆ ਆਪਣੇ ਵਿਰਸੇ ਦੇ ਨਾਲ, ਆਪਣੇ ਕਲਚਰ ਦੇ ਨਾਲ। ਬੜਾ ਜ਼ਰੂਰੀ ਹੈ, ਕਿਉਂਕਿ ਦੇਖੋ ਜੀ, ਜਿੱਦਾਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਿੰਨੀ ਗਾਂ ਜਨਰੇਸ਼ਨ ਆ ਰਹੀ ਹੈ, ਉਹਨਾਂ ਹੀ ਟੁੱਟ ਰਹੇ ਆ ਆਪਣੇ ਕਲਚਰ ਤੋਂ, ਜ਼ਿਆਦਾ ਵੈਸਟਰਨਾਈਜ਼ ਹੋ ਰਹੇ ਆ, ਉਹਨਾਂ ਨੂੰ ਇੰਨਾ ਇੰਟਰਸਟ ਵੀ ਨਹੀਂ ਰਿਹਾ ਉਹਦੇ ਚ। ਕਿਤੇ ਨਾ ਕਿਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ, ਸਾਡੀ ਆਪਣੀ ਗਲਤੀ ਹੈ, ਕਿਉਂਕਿ ਇੱਕ ਜ਼ਮਾਨਾ ਸੀ ਡਾਕਟਰ ਸਾਹਿਬ, ਮੈਂ ਤੁਹਾਨੂੰ ਦੱਸਾਂ 90s ਦਾ ਦੌਰ ਇੰਗਲੈਂਡ ਦੇ ਵਿੱਚ, ਇੱਕ ਸਮਾਂ ਸੀ ਜੋ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੁੰਦੀ ਸੀਗੀ। ਬਿਲਕੁਲ, ਤਬਲਾ, ਹਾਰਮੋਨੀਅਮ, ਕੀਰਤਨ ਸਿਖਾਇਆ ਜਾਂਦਾ ਸੀ। ਅੱਜ ਦੇ ਟਾਈਮ ਦੇ ਵਿੱਚ ਘੱਟ ਹੀ ਗਿਣਤੀ ਚ ਗੁਰਦੁਆਰੇ ਰਹਿ ਗਏ ਆ ਯੂਕੇ ਦੇ ਵਿੱਚ, ਜਿਹੜੇ ਐਕਚੁਅਲੀ ਬੱਚਿਆਂ ਨੂੰ ਸਾਜ ਸਿਖਾ ਰਹੇ ਆ। ਤੁਸੀਂ ਤੇ ਯੂਕੇ ਦੀ ਗੱਲ ਕਰ ਰਹੇ ਹੋ, ਹਾਂ ਹਾਂ, ਮੈਂ ਪੰਜਾਬ ਦੀ ਗੱਲ ਕਰ ਰਿਹਾ। ਪੰਜਾਬ ਦੇ ਵਿੱਚ ਵੀ ਇਹ ਸਾਡਾ ਕਲਚਰ ਖਤਮ ਹੋ ਗਿਆ ਰਾਜਨ। ਇੱਕ ਨਵਾਂ ਕਨਸੈਪਟ ਪਿਛਲੇ 20 ਸਾਲਾਂ ਚ ਪੈਦਾ ਹੋਇਆ ਕਿ ਜਿਹੜਾ ਪੰਜਾਬੀ ਬੋਲਣ ਵਾਲਾ ਬੰਦਾ ਹੈ ਇਹ ਅਨਪੜ੍ਹ ਹੈ। ਜਿਹੜਾ ਹਾਂ ਬਿਲਕੁਲ, ਯੈਸ, ਮੈਂ ਸੁਣਿਆ ਇਹਦੇ ਬਾਰੇ। ਹਾਂਜੀ ਹਾਂਜੀ, ਜੁੜੀ ਨੀ ਸਕਦਾ ਜੇ ਪੰਜਾਬੀ ਚ ਗੱਲ ਕਰ ਰਿਹਾ ਤੇ ਇਹਨੂੰ ਸਮਾਜ ਤਹਿਜ਼ੀਬ ਦਾ ਇਹਨੂੰ ਪਤਾ ਹੀ ਨਹੀਂ ਹੈ। ਇਹ ਸਾਡੀ ਬਹੁਤ ਕਿਸਮਤੀ ਹੋਈ। ਤੇ ਗੱਲ ਗੁਰਦੁਆਰੇ ਦੀ ਤੁਸੀਂ ਕਰ ਰਹੇ ਹੋ, ਮੈਂ ਸਮਝਦਾ ਕਿ ਜਿਹੜੇ ਮੈਂ ਕੰਟੈਂਪਰੇਰੀ ਟਾਈਮ ਦੀ ਗੱਲ ਨਹੀਂ ਕਰਾਂਗਾ, ਮੈਂ ਪਾਸਟ ਦੀ ਗੱਲ ਕਰਾਂਗਾ। ਜਿਹੜੇ ਮਦਰੱਸਿਆਂ ਦੇ ਵਿੱਚ ਇਸਲਾਮ ਦੇ ਮਦਰੱਸਿਆਂ ਵਿੱਚ ਜਿਹੜੀ ਤਲਾਵਤ ਕਰਾਈ ਜਾਂਦੀ ਸੀ ਕੁਰਾਨ ਪਾਕ ਦੀ, ਜਾਂ ਉਰਦੂ ਦੀ ਸਕ੍ਰਿਪਟ ਲਿਖਾਈ ਜਾਂਦੀ ਸੀ, ਉਹ ਸ਼ਾਇਦ ਚੰਗਾ ਸੀ ਕਿ ਉਹ ਐਟਲੀਸਟ ਉਹ ਆਪਣੇ ਰੂਟਸ ਦੇ ਨਾਲ ਜੁੜੇ ਰਹਿੰਦੇ ਸਨ, ਆਪਣੀ ਜ਼ੁਬਾਨ, ਆਪਣੀ ਸਕ੍ਰਿਪਟ ਦੇ ਨਾਲ ਜੁੜੇ ਰਹਿੰਦੇ ਸਨ। ਗੁਰੂ ਅੰਗਦ ਸਾਹਿਬ ਦੀ ਕਿੱਡੀ ਵੱਡੀ ਕੰਟਰੀਬਿਊਸ਼ਨ ਕਿ 35 ਅੱਖਰੀ ਲਿਪੀ ਸੀ ਉਹ ਸਾਨੂੰ ਬਣਾ ਕੇ ਦੇ ਦੇਣੀ, ਤੇ ਉਸ ਬੋਲੀ ਨੂੰ ਦਰਕਿਨਾਰ ਕਰਕੇ ਅਸੀਂ ਉਹਨੂੰ ਕਿਸੇ ਖੂੰਜੇ ਚ ਪਾ ਕੇ ਬਾਹਰ ਸੁੱਟ ਦਿੱਤਾ, ਤੇ ਅਸੀਂ ਆਪਣੇ ਆਪ ਨੂੰ ਪੰਜਾਬੀ ਪੱਗਾਂ ਬੰਨ ਕੇ ਤੇ ਪੰਜਾਬੀ ਕਹਾਉਣ ਦੇ ਵੱਡਾ ਇੱਕ ਧੋਖਾ ਦੇ ਰਹੇ ਹਾਂ। ਬਿਲਕੁਲ ਬਿਲਕੁਲ, ਕਿਵੇਂ ਠੀਕ ਹੋ ਸਕਦੇ ਹਾਂ? ਐਂਡ ਦੈਟ ਇਜ਼ ਅ ਰੀਜ਼ਨ ਮੇਰੀ ਬੇਟੀ ਇਸ ਵੇਲੇ ਗ੍ਰੇਡ 10th ਦੇ ਵਿੱਚ ਹੈ। ਉਹਦੇ ਪ੍ਰਿੰਸੀਪਲ ਨੇ ਮੈਨੂੰ ਕੁਐਸਚਨ ਕੀਤਾ ਕਿ ਤੁਸੀਂ ਇਹਨੂੰ ਕਿਹੜੀ, ਸਾਡੇ ਕੋਲ ਆਪਸ਼ਨਸ ਨੇ, ਜਾਂ ਉਹ ਹਿੰਦੀ ਲੈ ਲਵੇ, ਜਾਂ ਉਹ ਸੰਸਕ੍ਰਿਤ ਲੈ ਲਵੇ, ਜਾਂ ਉਹ ਪੰਜਾਬੀ ਲੈ ਲਵੇ। ਮੈਂ ਕਿਹਾ ਜੀ, ਉਹ ਪਹਿਲੀ ਗੱਲ ਤੇ ਉਹ ਪੰਜਾਬੀ ਲਏਗੀ, ਹਿੰਦੀ ਸੰਸਕ੍ਰਿਤ ਮੈਂ ਉਹਨੂੰ ਪੜ੍ਹਾ ਦਿਆਂਗਾ, ਮੈਂ ਸੰਸਕ੍ਰਿਤ ਲਿਟਰੇਟ ਹਾਂ, ਮੈਂ ਪੜ੍ਹਾ ਦਿਆਂਗਾ। ਲੇਕਿਨ ਜੇ ਪੰਜਾਬੀ ਪੜ੍ਹੇਗੀ ਤੇ ਐਟਲੀਸਟ ਉਹ ਆਪਣੀ ਧਰਤੀ, ਆਪਣੀ ਵਿਰਾਸਤ, ਆਪਣੀ ਰੂਟਸ, ਆਪਣੀਆਂ ਜੜ੍ਹਾਂ ਤੇ ਉਸ ਫਿਲੋਸਫੀ ਦੇ ਨਾਲ ਜੁੜੀ ਰਹੇਗੀ ਜਿਹੜੀ ਸਾਡੀ ਪੰਜਾਬ ਜੀ। ਮੈਂ ਕਿਸੇ ਪਰਟੀਕੁਲਰ ਰਿਲੀਜਨ ਦੀ ਫਿਲੋਸਫੀ ਦੀ ਗੱਲ ਨਹੀਂ ਕਰ ਰਿਹਾ, ਪੰਜਾਬ ਦੀ ਆਪਣੀ। ਜਿਹੜਾ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਪੰਜਾਬੀ ਕੋਲ ਚਲੇ ਗਏ ਹੋ ਤੇ ਉਹ ਤੁਹਾਨੂੰ ਸ਼ੈਲਟਰ ਵੀ ਦੇਵੇਗਾ, ਤੁਹਾਨੂੰ ਫੂਡ ਵੀ ਦੇਵੇਗਾ, ਤੁਹਾਨੂੰ ਪਿਆਰ ਨਾਲ ਤੁਹਾਡੇ ਨਾਲ ਗੱਲ ਵੀ ਕਰੇਗਾ, ਉਹ ਪੰਜਾਬ ਦੀ ਫਿਲੋਸਫੀ ਹੈ, ਪੰਜਾਬੀ ਦੀ ਫਿਲੋਸਫੀ। ਐਟਲੀਸਟ ਉਹ ਪੰਜਾਬੀ ਦੀ ਫਿਲੋਸ ਕੰਪੈਸ਼ਨ ਦੀ ਫਿਲੋਸਫੀ ਦੇ ਨਾਲ ਜੁੜੀ ਰਹੇਗੀ। ਸੋ ਦੈਟ ਇਜ਼ ਅ ਰੀਜ਼ਨ ਮੈਨੂੰ ਚੰਗਾ ਲੱਗਦਾ ਕਿ ਇਸ ਤਰ੍ਹਾਂ ਜੇ ਅਸੀਂ ਇੱਕ ਮਸ਼ਾਲ ਫੜ ਕੇ ਚੱਲਦੇ ਹਾਂ ਤੇ ਸਾਡੇ ਨਾਲ ਜਿਹੜੀ ਨਵੀਂ ਜਨਰੇਸ਼ਨ, ਜੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਰੋਸ਼ਨੀ ਵੀ ਦਈਏ ਤੇ ਫਿਰ ਅੱਗੇ ਸਮਾਜ ਦੇ ਵਿੱਚ ਰੋਸ਼ਨੀ ਲੈ ਕੇ ਚੱਲਣਗੇ। ਵਾਹ ਜੀ ਵਾਹ, ਬੜੇ ਸ਼ੁਕਰਗੁਜ਼ਾਰ ਡਾਕਟਰ ਸਾਹਿਬ, ਬੜੀਆਂ ਕਮਾਲ ਦੀਆਂ ਗੱਲਾਂ ਹੋਈਆਂ ਇਹ। ਮੈਂ ਸੋਚਾਂ ਕਿ ਜੇ ਮੇਰਾ ਬੱਚਾ ਪੰਜਾਬੀ ਬੋਲੇਗਾ ਤੇ ਮੈਂ ਆਪਣੇ ਅੰਦਰ ਕੰਪਲੈਕਸ ਲੈ ਲਿਆ ਕਿ ਤੇ ਇਹ ਅਨਪੜ੍ਹ ਹੋ ਗਿਆ, ਫਿਰ ਤੇ ਮੈਂ ਆਪਣੇ ਜੜਾਂ ਪੁੱਟ ਰਿਹਾ ਨਾ, ਉਹਦੀ ਜੜਾਂ ਨਹੀਂ ਬਣ ਰਹੀ। ਅਸੀਂ ਪਿੱਛੇ ਲੂਜ਼ ਵੀ ਤਾਂ ਹੀ ਕਰ ਰਹੇ ਹਾਂ। ਔਰ ਪਾਕਿਸਤਾਨ ਤੋਂ ਡਾਕਟਰ ਸੁਗਰਾ ਸਦਫ ਨੇ ਲਾਸਟ ਉਹਨਾਂ ਦੇ ਨਾਲ ਕੀਤਾ, ਉਹਨਾਂ ਦੇ ਨਾਲ ਸੈਸ਼ਨ। ਮੇਰੇ ਦਿਲ ਵਿੱਚ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਥਾਂ ਹੈ, ਕਿਉਂਕਿ ਪੰਜਾਬੀ ਬੋਲੀ, ਪੰਜਾਬੀ ਜ਼ੁਬਾਨ ਵਾਸਤੇ ਜਿੰਨਾ ਉਹ ਕੰਮ ਕਰ ਰਹੇ ਨੇ, ਸ਼ਾਇਦ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਹਨਾਂ ਕੰਮ ਨਹੀਂ ਕਰ ਰਹੇ, ਅਸੀਂ ਰਲ ਕੇ ਵੀ ਨਹੀਂ ਕਰ ਰਹੇ ਜਿੰਨਾ ਉਹ ਇਕੱਲੀ ਜਿਹੜੀ ਉਹ ਕੰਮ ਕਰ ਰਹੀ ਹੈ। ਮੈਂ ਵੈਸੇ ਹੈਰਾਨ ਸੀ ਜਦੋਂ ਮੈਂ ਉਹਨਾਂ ਬਾਰੇ, ਅਰੀਜਾ ਹੋਣਾ ਨੇ ਜ਼ਿਕਰ ਕੀਤਾ ਸੀ, ਉਹਨਾਂ ਬਾਰੇ ਮੈਂ ਪੜ੍ਹਿਆ ਸੀ, ਮੈਂ ਸੋਚਿਆ ਕਿ ਯਾਰ ਕਿ ਕੁਛ ਖਾਸ ਹੋਊਗਾ ਇਹਨਾਂ ਦੇ ਅੰਦਰ, ਕੋਈ ਜਜ਼ਬਾ ਹੋਊਗਾ, ਜਿੱਥੇ ਤੱਕ ਇਹਨਾਂ ਨੇ ਪੂਰੇ ਵਰਲਡ ਵਾਈਡ ਵਿੱਚ ਇਹ ਗੱਲ
कहती कि पंजाबी जबान अनपढ़ा की जबान नहीं है, एक एक विरासती लैंग्वेज है, एक कल्चर लैंग्वेज है जिसके पीछे बहुत बड़ी हिस्ट्री है। एब्सोल्युटली बेशक एब्सोल्युटली गुरुआं की गल करिए या भावें असी जिहड़े भगत आए ने गुरु ग्रंथ साहिब च जिन्हां दी दर्ज ने उन्होंने बाणियां, बेशक शायर हों, 1173 च बाबा शेख फरीद इस धरती ते आए, ते बाबा देखो शेख फरीद टोटल गल सारी पंजाबी च है। गुलाम फरीद बिल्कुल जेडे ने उन्होंने सराइकी च कीती पंजाबी च कीती, बुल्ले दी गल टोटल पंजाबी च है, शाह मुहम्मद टोटल पंजाबी च है। पंजाबी जुबान साड़ी अदब दी जुबान, जेड़ी चीज अदब दे नाल जुड़ी होवे, लिटरेचर दे नाल वाह जुड़ी होवे, असी उस जुबान नू जे अज ये सोच रहे कि ये बंदा ते अनपढ़ है जिहड़ा पंजाबी बोल रहा है, तो मैं समझना कि सब तो वड्डा धोखा ध्रो जे कोई कर रहे ते वो असी उस जुबान दे नाल नहीं अपने आप नाल कर रहे। सो बिल्कुल बिल्कुल साड़ी नाई उस जुबान ने दित्ती। वाह जी वाह, क्या बात है डॉक्टर साहब, बड़े शुक्रगुजार हैं, बड़ियां डूंगियां गल्लां हुई हैं, बड़ी कमाल दियां, बड़ी जरूरी सी गल्लां करनियां, क्योंकि आर्टिस्टां नाल कलाकारां नाल तो गल्लां बातां हुंदियां हैं, पर जिहड़ी एजुकेशनल साइड है पंजाबीयत दी जिहड़ी गल है वह बड़ा जरूरी सी। बड़े शुक्रगुजार हैं थोड़े, तुसीं समां इन्ना कढ़िया साडे वास्ते अज मुलाकात दा। मैनू लग माण है वाह जी तुहाडे इस प्लेटफॉर्म राही पूरी दुनिया दे नाल गल करन दा। वाह जी वाह। वैसे डॉक्टर साहब जिहड़े सानू इस वक्त तमाम दुनिया च सानू देख रहे ने, पाकिस्तान, इंडिया, यूके, यूएस, कनाडा, सारी तमाम दुनिया जुड़ी है, की संदेश देना चाहते हैं, मैसेज की देना चाहोगे, अपने अंदाज नाल कुछ कर दो। संदेश या मैसेज देने वास्ते ते तुहानू वड्या होना पैणा ते मैं ते निमाणा, मैं कोई मसीहा तो नहीं दे, मैं सिर्फ वही कहूंगा कि जिथे भी गए हो जिस जगह पे भी हो जेडे मर्जी टाइम जोन च हो, तुहाडा टाइम जोन इंडिया दा टाइम जोन पाकिस्तान दा टाइम जोन तुहाडे उस ब्रोशर इनवाइट दे भी सी वक् वक् मुल्कां दे वक् वक् टाइम, जेडे टाइम जोन च भी तुसी गए हो एक चीज पक्की कर लो कि मेरे नाल दा जेड़ा मेरे नाल कोई भी है मैं उन्हें प्यार देना है, मैं उन्हें घुट के जफ्फी पानी है, मैं वाह उहदे अंदर जे तुसी इंसानियत सोच लियाओ तो मैनूं लगदा है कि असी सारे ही इस कुल कायनात नूं असी खूबसूरत बना सकते हैं। भाई वीर सिंह किसी जगह ते लिखते रहे वैरी नाग एक जगह है कश्मीर दे कोल, श्रीनगर दे कोल कश्मीर, उत्थे एक झरना चलता है वो नेचुरल स्प्रिंग है, ते भाई वीर सिंह उहदे बारे लिखते ने कि वैरी नाग तेरा पहला झलका जद अखियां विच वजदा कुदरत दे कादर दा जलवा लै लैंदा एक सजदा। मैनूं लगदा है कि जे उस वैरी नाग दे चश्मे वांगू साडे सारिआं दे विच इक प्यार मुहब्बत इखलाक इतमाद दी किते वो पाणी वहना शुरू हो जाए ते रब सोना भी साडे ते माण करे कि मैं जे ये मखलूक नूं इस धरती ते भेजिया सी ते ये चंगे काम कर रही है, प्यार बन रही है, ये खुशी बन रही है, ते मैनूं लगदा है कि तुहाडे इस प्लेटफॉर्म दे राहीं ये प्यार मुहब्बत दी गल छेती पहुंचेगी और लोग छेती इस गल नूं एक्सेप्ट करनगे और प्यार बनणगे। ते जरूर जी, असीं साडे वालों भी यही कोशिश है कि जिहड़ा प्लेटफॉर्म है सदा कोशिश है यही कि असीं हमेशा जिहड़ी जर्नलिज्म भी जो भी करते हैं असीं हमेशा इनफॉर्मेटिव रखते हैं, बड़ी इनफॉर्मेशन वाली गल्लां जिहड़ियां इंस्पिरेशनल गल्लां होंदियां हैं उहदे ते ही असीं सीमित रहिंदे हैं, क्योंकि होर भी कई प्लेटफॉर्म है सोशल मीडिया ते जो ज्यादातर पोलिटिकल चीजां दे उत्ते ज्यादा गौर करते हैं, तो साडे वालों असीं हमेशा कोशिश करते हैं कि हरेक खिते दे विच हरेक जिहड़ा टैलेंट है, चाहे वो आर्टिस्ट है, गायक है, प्रोड्यूसर है, फिल्म स्टार है, जो मर्जी है, एक शोकेस करते हैं उन्होंने जिंदगी के, ये भी एक जिंदगी का नजरिया है, एक विजन है। सो बड़े शुक्रगुजार है डॉक्टर साहब, तुसी अपना समा कढ़िया है, तो मैं उम्मीद करता है कि इसी तरह ही थोड़ी जी जर्नी है हर फील्ड च सक्सेस मिले, तो उम्मीद करते हैं कि जो सारे कोविड का भी मसला भी खत्म होता है जल्द तो जल्द थानू आके भी मिलेंगे अमृतसर, जी हाँ जी हाँ तो नाल दी नाल मैं शुक्रगुजार करता अरीजा होना का भी जिन्होंने डॉक्टर साहब नाल साडी मुलाकात कराई है, तो उन्होंने भी बहुत तहे दिल धन्यवाद, क्योंकि देखो जी लिंक बनाना एक भी उस भी एक
ਇੱਕ ਬੜਾ ਹਾਰਡ ਵਰਕ ਹੈ, ਇੱਕ ਹੈ, ਇੱਕ ਗੱਲ ਕਨੈਕਸ਼ਨ ਹੁੰਦੀ ਹੈ। ਤਾਂ ਬੜੇ ਸ਼ੁਕਰਗੁਜ਼ਾਰ ਅਰੀਜਾ ਨੇ ਆਪਣਾ ਟਾਈਮ ਕੱਢਿਆ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਨ ਨੂੰ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।